ਜਿੰਨੀ ਸਪੀਡ ਦੇ ਨਾਲ ਔਰਤਾਂ ਬਾਹਰ ਨਿਕਲ ਰਹੀਆਂ ਨੇ ਕੰਮ ਕਰਨ ਵਾਸਤੇ ਉਸੇ ਸਪੀਡ ਦੇ ਨਾਲ ਉਹਨਾਂ ਦੇ ਖਿਲਾਫ ਜਿਹੜੇ ਉਹਨਾਂ ਸਥਾਨਾਂ ਤੇ ਜਿਹੜੇ ਜੁਰਮ ਨੇ ਉਹ ਵੀ ਵਧ ਰਹੇ ਨੇ ਤਾਂ ਬਹੁਤ ਸਾਰੀਆਂ ਸੰਸਥਾਵਾਂ ਨੇ इवन ਸਰਕਾਰੀ ਦਫ਼ਤਰ ਨੇ ਉੱਥੇ ਜਿਹੜੀਆਂ ਲੋਕਲ ਕੰਪਲੇਂਟ ਕਮੇਟੀਜ਼ ਬਣਾਉਣੀਆਂ ਜ਼ਰੂਰੀ ਨੇ ਐਸ ਪਰ ਲਾ ਉਹ ਉਹਨਾਂ ਦੀ ਹੋਂਦੀ ਹੈ ਨਹੀਂ ਕੋਈ ਸੋ ਔਰਤਾਂ ਇਹ ਸਿਰਫ ਪਰਿਵਾਰ ਗਿਆ ਘਰੇਲੂ ਮਸਲੇ ਦੀ ਗੱਲ ਨਹੀਂ ਔਰਤਾਂ ਕਿਤੇ ਵੀ ਹੋਣ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਨਾ ਕਮਿਸ਼ਨ ਦਾ ਕੰਮ ਹੈ ਇਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਵਕੀਲ ਦੇ ਥਰੂ ਤੁਸੀਂ ਪੈਸੇ ਖਰਚ ਕਰਕੇ ਫੀਸ ਦੇ ਕੇ ਤੁਸੀਂ ਪਹਿਲਾਂ ਕੰਪਲੇਂਟ ਤਿਆਰ ਕਰੋ ਇੱਕ ਕੋਈ ਫੀਸ ਹੈ ਤੁਸੀਂ ਇੱਕ ਪਲੇਨ ਕਾਗਜ਼ ਤੇ ਲਿਖ ਕੇ ਵੀ ਕੰਪਲੇਂਟ ਹੈ ਜਿਹੜੀ ਉਹ ਕਮਿਸ਼ਨ ਨੂੰ ਭੇਜ ਸਕਦੇ ਹੋ ਔਰ ਕਮਿਸ਼ਨ ਉਹਨੂੰ ਇੱਕ ਕੰਪਲੇਂਟ ਦੇ ਤੌਰ ਤੇ ਕੇਸ ਦੇ ਤੌਰ ਤੇ ਉਹਨੂੰ ਡੀਲ ਕਰਦਾ ਹੈ ਕਿ ਉਹਨਾਂ ਦੀਆਂ ਗੱਲਾਂ ਉਹਨਾਂ ਦੀਆਂ ਪਰਿਵਾਰਕ ਗੱਲਾਂ ਉਹ ਕੈਮਰੇ ਦੇ ਸਾਹਮਣੇ ਜਨਤਕ ਕੀਤੀਆਂ ਜਾ ਸਕਦੀਆਂ ਕਿ ਕਮਿਸ਼ਨ ਦੇ ਕੋਲੇ ਅਧਿਕਾਰ ਹੈ ਕਿ ਜਦੋਂ ਤੱਕ ਤੁਸੀਂ ਜੜ ਨਹੀਂ ਫੜਦੇ ਉਸ ਚੀਜ਼ ਦਾ ਇਲਾਜ ਨਹੀਂ ਹੋ ਸਕਦਾ ਦੇਖ ਰਹੇ ਨੇ ਕਿੰਨੇ ਕੇਸ ਨੇ ਦਿੱਲੀ ਦੇ ਵਿੱਚ ਜਿਵੇਂ ਟੁਕੜੇ ਟੁਕੜੇ ਕਰਕੇ ਚਾਏ ਉਹ ਨਿੱਕੀ ਯਾਦਵ ਦਾ ਕੇਸ ਹੋਇਆ ਉਸ ਤੋਂ ਪਹਿਲਾਂ ਉਹ ਲੜਕੀ ਜਿਹੜੀ ਪੋਂਬੇ ਵਾਲੀ ਮਾਰੀ ਗਈ ਹੈ ਉਸ ਤੋਂ ਬਾਅਦ ਵੀ ਇੱਕ ਦੋ ਕੇਸਿਸ ਹੋਏ ਨੇ ਤਾਂ ਉਹ ਸਾਰਿਆਂ ਚ ਲਿਵ ਇਨ ਰਿਲੇਸ਼ਨਸ਼ਿਪ ਦੀ ਗੱਲ ਸੀ ਤੁਸੀਂ ਕਿਸੇ ਮਸਲੇ ਦੇ ਪ੍ਰਤੀ ਅਵੇਅਰ ਹੋ ਤਾਂ ਮੈਨੂੰ ਨਹੀਂ ਲੱਗਦਾ ਕੋਈ ਸੌਖਾ ਜਿਹਾ ਤੁਹਾਡੇ ਨਾਲ ਕੋਈ ਧੱਕਾ ਵੀ ਕਰ ਜਵੇ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਬੀ ਸੋਸ਼ਲ 8 ਮਾਰਚ ਨੂੰ ਕੁਮੰਤਰੀ ਬੀਬੀ ਦਿਹਾੜਾ ਮਨਾਇਆ ਜਾਂਦਾ ਹੈ ਹਰ ਵਾਰੇ ਇਸ ਦਿਨ ਵੱਖ-ਵੱਖ ਥਾਵਾਂ ਤੇ ਕੋਈ ਨਾ ਕੋਈ ਗੱਲਬਾਤ ਇਸ ਵਿਸ਼ੇ ਤੇ ਰੱਖੀ ਜਾਂਦੀ ਹੈ ਹਮੇਸ਼ਾ ਇਹਨਾਂ ਦਿਨਾਂ ਦੇ ਵਿੱਚ ਆ ਕੇ ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਬੀਬੀਆਂ ਦੇ ਕਿਹੜੇ-ਕਿਹੜੇ ਹੱਕ ਨੇ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਕਾਨੂੰਨੀ ਸਹਾਇਤਾ ਮਿਲਦੀ ਹੈ ਸਰਕਾਰ ਹਮੇਸ਼ਾ ਤੋਂ ਵਚਨਬੱਧ ਰਹੀ ਹੈ ਕਿ ਔਰਤਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ ਉਹਨਾਂ ਨੂੰ ਅੱਗੇ ਵਧਾਇਆ ਜਾਵੇ ਸਹਿਯੋਗ ਕੀਤਾ ਜਾਵੇ ਤੇ ਕਿਸੇ ਵੀ ਤਰ੍ਹਾਂ ਮਨੁੱਖੀ ਹੱਕਾਂ ਦਾ ਉਹਨਾਂ ਦੇ ਹੱਕਾਂ ਦਾ ਘਾਣ ਨਾ ਹੋਵੇ ਇਸੇ ਲਈ ਪੰਜਾਬ ਰਾਜ ਔਰਤ ਕਮਿਸ਼ਨ ਵੀ ਹਮੇਸ਼ਾ ਤੋਂ ਯਤਨਸ਼ੀਲ ਰਿਹਾ ਅੱਜ ਸਾਡੇ ਨਾਲ ਜੋ ਮਹਿਮਾਨ ਪਹੁੰਚੇ ਨੇ ਉਹਨਾਂ ਨੇ ਬਤੌਰ ਮੁਖੀ ਪੰਜਾਬ ਰਾਜ ਔਰਤ ਕਮਿਸ਼ਨ 5 ਸਾਲ ਇਹ ਸੇਵਾ ਨਿਭਾਈ ਹੈ ਜੀ ਹਾਂ ਮੇਰੇ ਨਾਲ ਮੌਜੂਦ ਨੇ ਬੀਬੀ ਪਰਮਜੀਤ ਕੌਰ ਲਾਂਡਰਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਤੁਸੀਂ ਹਾਂ ਜੀ ਬਿਲਕੁਲ ਜੀ ਠੀਕ ਠਾਕ ਮੈਮ ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੀ ਕਿ ਔਰਤ ਕਮਿਸ਼ਨ ਜਿਹੜਾ ਹੈ ਇਹਦੇ ਕੰਮ ਕੀ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਮਹਿਲਾ ਕਮਿਸ਼ਨ ਹੈ ਉਹ ਬਹੁਤ ਔਰਤ ਜਥੇਬੰਦੀਆਂ ਦੇ ਸੰਘਰਸ਼ ਤੋਂ ਬਾਅਦ ਨੈਸ਼ਨਲ ਲੈਵਲ ਤੇ ਇਹ ਬਣਿਆ ਹੈ ਨੈਸ਼ਨਲ ਕਮਿਸ਼ਨ ਫਾਰ ਔਮਨ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਸਟੇਟਾਂ ਦੇ ਵਿੱਚ ਵੀ ਤਕਰੀਬਨ ਹੁਣ ਆਲਮੋਸਟ ਕੋਈ ਸਟੇਟ ਹੋਊਗਾ ਜਿੱਥੇ ਇਹ ਕਮਿਸ਼ਨ ਨਾ ਹੋਵੇ ਅਦਰਵਾਈਜ਼ ਹਰੇਕ ਸਟੇਟ ਦੇ ਵਿੱਚ ਸਟੇਟ ਔਮਨ ਕਮਿਸ਼ਨ ਨੇ ਜਿਹੜੇ ਪਿਛਲੇ ਕਾਫੀ ਸਾਲਾਂ ਤੋਂ ਇਹ ਚੱਲ ਰਹੇ ਨੇ ਔਰ ਵਧੀਆ ਕੰਮ ਵੀ ਕਰ ਰਹੇ ਨੇ ਕਿਉਂਕਿ ਪਹਿਲਾਂ ਔਰਤਾਂ ਦੇ ਦੀਆਂ ਸਮੱਸਿਆਵਾਂ ਨੂੰ ਉਨਾ ਗੰਭੀਰਤਾ ਨਾਲ ਨਹੀਂ ਸੀ ਲਿਆ ਜਾਂਦਾ ਚਾਹੇ ਉਹ ਸਰਕਾਰਾਂ ਹੋਣ ਚਾਹੇ ਜਥੇਬੰਦੀਆਂ ਹੋਣ ਤੇ ਕੁਝ ਥੋੜੇ ਜਿਹੀ ਔਰਤਾਂ ਦਾ ਐਕਸਪੋਜ਼ਰ ਵੀ ਘੱਟ ਸੀ ਪਰ ਜਿਉਂ-ਜਿਉਂ ਆਧੁਨਿਕਤਾ ਦਾ ਦੌਰ ਆਇਆ ਔਰਤਾਂ ਨੂੰ ਘਰ ਤੋਂ ਬਾਹਰ ਪੈਰ ਰੱਖਣਾ ਪਿਆ ਘਰ ਤੋਂ ਬਾਹਰ ਜਾ ਕੇ ਕੰਮ ਵੀ ਕੀਤਾ ਘਰੇਲੂ ਪੱਧਰ ਤੇ ਵੀ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਆਈਆਂ ਜਿੱਥੇ ਔਰਤਾਂ ਦੇ ਨਾਲ ਕਿਤੇ ਨਾ ਕਿਤੇ ਤੱਕਾ ਵੀ ਹੁੰਦਾ ਰਿਹਾ ਤੇ ਉਹਨਾਂ ਨੂੰ ਕਿਸੇ ਅਜਿਹੀ ਅਥਾਰਟੀ ਦੀ ਲੋੜ ਸੀ ਜਿਹੜਾ ਐਕਸਕਲੂਸਿਵ ਤੌਰ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਡੀਲ ਕਰੇ ਸੋ ਸਰਕਾਰਾਂ ਨੇ ਕਮਿਸ਼ਨ ਬਣਾਏ ਨੇ ਪੰਜਾਬ ਦੇ ਵਿੱਚ ਵੀ ਪੰਜਾਬ ਸਟੇਟ ਔਮਨ ਕਮਿਸ਼ਨ ਹੋਣ ਦੇ ਵਿੱਚ ਆਇਆ ਤੇ ਔਰਤਾਂ ਦੇ ਬਹੁਤ ਸਾਰੇ ਮਸਲੇ ਨੇ ਜਿਹੜੇ ਉਹ ਹੱਲ ਕਰਨ ਦੀ ਕੋਸ਼ਿਸ਼ਾਂ ਵੀ ਹੋਈਆਂ ਨੇ ਤੇ ਇਹਦੇ ਵਿੱਚ ਕਮਿਸ਼ਨ ਦੀ ਜਿਹੜੀ ਮੇਨ ਮਕਸਦ ਹੈ ਉਹ ਹਾਲਾਂਕਿ ਇਸ ਕਮਿਸ਼ਨ ਨੂੰ ਜਾਂ ਸਾਰੇ ਸਟੇਟਾਂ ਦੇ ਆ ਨੈਸ਼ਨਲ ਕਮਿਸ਼ਨ ਨੂੰ ਵੀ ਉਨੇ ਜਿਆਦਾ ਅਧਿਕਾਰ ਨਹੀਂ ਮਿਲੇ ਜਿਸ ਦੇ ਨਾਲ ਇਹ ਇੱਕ ਪੂਰੀ ਤਰ੍ਹਾਂ ਇੱਕ ਅਥਾਰਟੀ ਦੇ ਨਾਲ ਕੰਮ ਕਰ ਸਕੇ ਪਰ ਜਿੰਨੇ ਕੁ ਸੀਮਤ ਅਧਿਕਾਰਾਂ ਦੇ ਵਿੱਚ ਰਹਿ ਕੇ ਵੀ ਇਹਨਾਂ ਦਾ ਮੇਨ ਕੰਮ ਇਹ ਹੁੰਦਾ ਹੈ ਕਿ ਜਿਵੇਂ ਕਿਸੇ ਔਰਤ ਨੂੰ ਕੋਈ ਸਮੱਸਿਆ ਆਈ ਚਾਹੇ ਉਹ ਇੰਡੀਵਿਜੂਅਲ ਲੈਵਲ ਤੇ ਆ ਗਈ ਚਾਹੇ ਕੋਈ ਸੰਸਥਾ ਕਿਸੇ ਸੰਸਥਾ ਦੇ ਵਿੱਚ ਔਰਤਾਂ ਕੰਮ ਕਰਦੀਆਂ ਨੇ ਉਹਨਾਂ ਨੂੰ ਇੱਕ ਵੱਡੇ ਪੱਧਰ ਤੇ ਔਰਤਾਂ ਦੀਆਂ ਸਮੱਸਿਆਵਾਂ ਆਆਂ ਜਾਂ ਉਹਨਾਂ ਦਾ ਹੱਲ ਕਰਨਾ ਹੈ ਤੇ ਉਸ ਤੋਂ ਬਿਨਾ ਕਿਉਂਕਿ ਹਰੇਕ ਸਟੇਟ ਸਰਕਾਰ ਨੇ ਆ ਕੇਂਦਰ ਦੀ ਸਰਕਾਰ ਨੇ ਔਰਤਾਂ ਨਾਲ ਸੰਬੰਧਤ ਕੁਝ ਕਾਨੂੰਨ ਵੀ ਬਣਾਣੇ ਹੁੰਦੇ ਨੇ ਕੁਝ ਪਾਲਿਸੀਜ਼ ਬਣਾਉਣੀਆਂ ਹੁੰਦੀਆਂ ਨੇ ਤੇ ਜਦੋਂ ਉਹ ਕਾਨੂੰਨ ਤੇ ਪਾਲਿਸੀਜ਼ ਬਣਦੀਆਂ ਨੇ ਉਦੋਂ ਜਿਹੜੇ ਕਮਿਸ਼ਨ ਨੇ ਉਹ ਆਪਣੇ ਵੱਲੋਂ ਔਰਤਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਪਾਰਸ਼ਾਂ ਕਰਦੇ ਨੇ ਸੋ ਇੱਕ ਸਪਾਰਸ਼ ਕਰਨ ਦਾ ਇੱਕ ਬਹੁਤ ਵੱਡਾ ਕੰਮ ਹੈ ਜਿਹੜਾ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਉਹ ਕਾਨੂੰਨ ਬਣਨੇ ਆ ਪਾਲਿਸਿਸ ਬਣਨ ਉਹ ਔਰਤਾਂ ਦੇ ਹਿੱਤਾਂ ਦੀ ਰਾਖੀ ਕਰ ਸਕਣ ਸੋ ਇਹਦੇ ਵਿੱਚ ਵੀ ਮੈਂ ਸਮਝਦੀ ਆਂ ਕਿ ਕਮਿਸ਼ਨਾਂ ਦਾ ਬਹੁਤ ਵੱਡਾ ਰੋਲ ਹੈ ਕਿ ਉਹ ਆਪਣੇ ਆਪਣੀਆਂ ਸਪਾਰਸ਼ਾਂ ਦੇ ਕੇ ਟਾਈਮ ਟੂ ਟਾਈਮ ਕਈ ਵਾਰ ਅਜਿਹੇ ਮਸਲੇ ਸਰਕਾਰਾਂ ਦੇ ਸਾਹਮਣੇ ਆ ਜਾਂਦੇ ਨੇ ਔਰਤਾਂ ਨਾਲ ਸੰਬੰਧਤ ਜਿੱਥੇ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਕਮਿਸ਼ਨ ਨੇ ਉਹ ਭੂਮਿਕਾ ਨਿਭਾਉਂਦੇ ਨੇ ਜੀ ਮੈਂ ਵਧੀਰੇ ਕਰਕੇ ਜਦੋਂ ਔਰਤ ਕਮਿਸ਼ਨ ਦੀ ਗੱਲ ਆਉਂਦੀ ਹੈ ਤਾਂ ਆਮ ਕਰਕੇ ਲੋਕਾਂ ਨੂੰ ਇਹੀ ਲੱਗਦਾ ਹੈ ਕਿ ਸਿਰਫ ਪਰਿਵਾਰਕ ਮਸਲਿਆਂ ਦਾ ਹੀ ਨਿਪਟਾਰਾ ਉੱਥੇ ਹੁੰਦਾ ਹੈ ਜਿਵੇਂ ਤੁਸੀਂ ਕਿਹਾ ਕਿ ਕੀ ਉੱਥੇ ਕਾਮਕਾਜੀ ਸਮੱਸਿਆਵਾਂ ਜਾਂ ਜੇ ਕੰਮ ਦੇ ਦੌਰਾਨ ਤੁਹਾਨੂੰ ਤੁਹਾਡੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਜਿਹੇ ਮਾਮਲੇ ਵੀ ਔਰਤ ਕਮਿਸ਼ਨ ਦੇ ਅਧੀਨ ਆਉਂਦੇ ਨੇ ਨਹੀਂ ਬਿਲਕੁਲ ਔਰਤ ਔਰਤ ਮਹਿਲਾ ਕਮਿਸ਼ਨ ਦਾ ਮਤਲਬ ਹੀ ਇਹ ਹੈ ਕਿ ਉਹ ਔਰਤ ਜ਼ਰੂਰੀ ਨਹੀਂ ਕਿ ਉਹ ਘਰ ਦੇ ਵਿੱਚ ਹੈ ਪਰਿਵਾਰਕ ਔਰਤ ਦੀ ਹੀ ਗੱਲ ਹੋਵੇ ਔਰਤ ਕਿਤੇ ਵੀ ਕਿਤੇ ਕੰਮਕਾਜੀ ਸਥਾਨ ਤੇ ਉਹਨੂੰ ਕੋਈ ਸਮੱਸਿਆ ਹੁੰਦੀ ਹੈ ਖਾਸ ਕਰਕੇ ਜਿਹੜਾ ਇੱਕ ਕਾਨੂੰਨ ਬਣਿਆ ਸੈਕਸ਼ੂਅਲ ਹੈਰਸਮੈਂਟ ਐਟ ਵਰਕਪਲੇਸ ਜੀ ਉਹ ਜਿਹੜਾ ਕਾਨੂੰਨ ਬਣਿਆ ਸੀ ਉਹ ਉਹਨੂੰ ਵੀ ਇੰਪਲੀਮੈਂਟ ਕਰਵਾਉਣ ਦੇ ਵਿੱਚ ਕਮਿਸ਼ਨ ਦਾ ਬਹੁਤ ਵੱਡਾ ਰੋਲ ਹੋ ਸਕਦਾ ਹੈ ਤੇ ਉਹ ਹੁਣ ਕਮਿਸ਼ਨ ਕਿੰਨਾ ਕੁ ਰੋਲ ਪਲੇ ਕਰਦੇ ਨੇ ਉਹ ਇੱਕ ਸੈਪਰੇਟ ਇਸ਼ੂ ਹੈ ਪਰ ਜੇਕਰ ਮੈਂ ਆਪਣੇ ਜਿੰਨਾ ਕੁ ਮੇਰਾ ਟਿਨਿਓਰ ਰਿਹਾ ਉਸ ਦੇ ਦੌਰਾਨ ਮੈਂ ਜੇਕਰ ਗੱਲ ਕਰਾਂ ਤਾਂ ਮੇਰੀ ਕੋਸ਼ਿਸ਼ ਇਹ ਹੋਈ ਸੀ ਕਿ ਜਿਹੜਾ ਸੈਕਸਚੁਅਲ ਹੈਰਸਮੈਂਟ ਐਟ ਵਰਕਪਲੇਸ ਜਿਹੜਾ ਕਾਨੂੰਨ ਹੈ ਕਿਉਂਕਿ ਔਰਤਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਬਹੁਤ ਵੱਡਾ ਟੂਲ ਹੈ ਖਾਸ ਖਾਸ ਕਰਕੇ ਜਿਉਂ ਜਿਉਂ ਔਰਤਾਂ ਘਰ ਤੋਂ ਬਾਹਰ ਨਿਕਲ ਕੇ ਹੁਣ ਬਹੁਤ ਸਾਰੀਆਂ ਔਰਤਾਂ ਨੇ ਹੁਣ ਚਾਹੇ ਉਹ ਕੱਲੀਆਂ ਸ਼ਹਿਰੀ ਔਰਤਾਂ ਨੇ ਪਿੰਡਾਂ ਦੀਆਂ ਵਿੱਚੋਂ ਵੀ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਬੱਕੋ-ਵੱਕ ਦਫ਼ਤਰਾਂ ਦੇ ਵਿੱਚ ਆ ਕਿਸੇ ਸੰਸਥਾਵਾਂ ਦੇ ਵਿੱਚ ਕੰਮ ਕਰਦੀਆਂ ਨੇ ਤੇ ਉਸੇ ਜਿੰਨੀ ਸਪੀਡ ਦੇ ਨਾਲ ਔਰਤਾਂ ਬਾਹਰ ਨਿਕਲ ਰਹੀਆਂ ਨੇ ਕੰਮ ਕਰਨ ਵਾਸਤੇ ਉਸੇ ਸਪੀਡ ਦੇ ਨਾਲ ਉਹਨਾਂ ਦੇ ਖਿਲਾਫ ਜਿਹੜੇ ਉਹਨਾਂ ਸਥਾਨਾਂ ਤੇ ਜਿਹੜੇ ਜ਼ੁਰਮ ਨੇ ਉਹ ਵੀ ਵਧ ਰਹੇ ਨੇ ਸੋ ਉਹਨਾਂ ਜ਼ੁਰਮਾਂ ਨੂੰ ਰੋਕਣ ਵਾਸਤੇ ਹੀ ਇਹ ਜਿਹੜਾ ਕਾਨੂੰਨ ਬਣਿਆ ਸੀ ਤੇ ਉਸ ਕਾਨੂੰਨ ਨੂੰ ਇੰਪਲੀਮੈਂਟ ਕਰਵਾਉਣ ਵਾਸਤੇ ਜਦੋਂ ਮੈਂ ਮੈਂ ਆਪਣੇ ਟਿਨਿਓਰ ਵੇਲੇ ਕਾਫੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹ ਜਿਹੜਾ ਕਾਨੂੰਨ ਹੈ ਸਿਰਫ ਇਹ ਨਹੀਂ ਕਿ ਸਰਕਾਰੀ ਦਫਤਰਾਂ ਦੇ ਵਿੱਚ ਜਾਂ ਸਰਕਾਰ ਦੇ ਦਫਤਰਾਂ ਦੀਆਂ ਬ੍ਰਾਂਚਾਂ ਦੇ ਵਿੱਚ ਇਹ ਕਾਨੂੰਨ ਲਾਗੂ ਹੋਵੇ ਪ੍ਰਾਈਵੇਟ ਆਰਗੇਨਾਈਜੇਸ਼ਨ ਜਿੱਥੇ 10 ਤੋਂ 10000 ਤੋਂ ਬਾਅਦ ਔਰਤਾਂ ਕਿਤੇ ਵੀ ਕੰਮ ਕਰਦੀਆਂ ਨੇ ਉੱਥੇ ਜਿਵੇਂ ਕੰਪਲੇਂਟ ਕਮੇਟੀਆਂ ਬਣਾਉਣੀਆਂ ਜ਼ਰੂਰੀ ਨੇ ਜਿੱਥੇ ਕੋਈ ਔਰਤ ਨੂੰ ਕਿਸੇ ਨੂੰ ਸਮੱਸਿਆ ਹੁੰਦੀ ਹੈ ਤਾਂ ਉਹ ਕੰਪਲੇਂਟ ਕਮੇਟੀ ਦੇ ਕੋਲ ਜਾਣ ਸੋ ਹੁਣ ਗੱਲ ਇਹ ਹੈ ਕਿ ਹਾਲਾਤ ਇਹੋ ਜਿਹੇ ਨੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਆਪਾਂ ਇੰਡੀਆ ਪੱਧਰ ਤੇ ਵੀ ਬਾਕੀ ਸਟੇਟਾਂ ਦੀ ਗੱਲ ਕਰ ਲਈਏ ਤਾਂ ਬਹੁਤ ਸਾਰੀਆਂ ਸੰਸਥਾਵਾਂ ਨੇ इवन ਸਰਕਾਰੀ ਦਫ਼ਤਰ ਨੇ ਉੱਥੇ ਜਿਹੜੀਆਂ ਲੋਕਲ ਕੰਪਲੇਂਟ ਕਮੇਟੀਜ਼ ਬਣਾਉਣੀਆਂ ਜ਼ਰੂਰੀ ਨੇ ਐਸ ਪਰ ਲਾਅ ਉਹ ਉਹਨਾਂ ਦੀ ਹੋਂਦੀ ਹੈ ਨਹੀਂ ਕੋਈ ਹੂੰ ਉਹਨਾਂ ਨੂੰ ਕਿਤੇ ਡਿਸਪਲੇ ਨਹੀਂ ਕੀਤਾ ਗਿਆ ਕਿ ਇੱਥੇ ਜੇਕਰ ਕਿਸੇ ਨੂੰ ਔਰਤ ਨੂੰ ਸਮੱਸਿਆ ਹੁੰਦੀ ਹੈ ਤਾਂ ਇੱਕ ਕੰਪਲੇਂਟ ਕਮੇਟੀ ਬਣੀ ਹੋਈ ਹੈ ਤਾਂ ਉਹ ਬਹੁਤ ਵੱਡੀ ਗੱਲ ਹੈ ਔਰ ਇਹਦੇ ਵਾਸਤੇ ਮੇਰੇ ਖਿਆਲ ਚ ਅ ਅਵੇਅਰਨੈਸ ਦੀ ਵੀ ਘਾਟ ਹੈ ਔਰਤਾਂ ਦੇ ਵਿੱਚ ਵੀ ਘਾਟ ਹੈ ਤੇ ਜਿਹੜੀਆਂ ਸੰਸਥਾਵਾਂ ਨੇ ਇਹ ਚੀਜ਼ਾਂ ਬਣਾਉਣੀਆਂ ਨੇ ਉਹਨਾਂ ਸੰਸਥਾਵਾਂ ਵੀ ਸੈਂਸਟਾਈਜ਼ ਹੈ ਨਹੀਂ ਇਸ ਵਿਸ਼ੇ ਦੇ ਪ੍ਰਤੀ ਸੋ ਇਸ ਵਿਸ਼ੇ ਤੇ ਬਹੁਤ ਵੱਡਾ ਕੰਮ ਕਰਨ ਦੀ ਲੋੜ ਹੈ ਪਰ ਜਿਹੜੀਆਂ ਔਰਤਾਂ ਅਵੇਅਰ ਨਹੀਂ ਉਹ ਆਪਣੇ ਮਸਲੇ ਲੈ ਕੇ ਵਕ ਵਕ ਪੱਧਰ ਤੇ ਕਮਿਸ਼ਨ ਦੇ ਕੋਲ ਵੀ ਆਉਂਦੀਆਂ ਰਹੀਆਂ ਨੇ ਮੇਰੇ ਕੋਲ ਵੀ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਦਫ਼ਤਰਾਂ 'ਚ ਕੰਮ ਕਰਦੀਆਂ ਸੀ ਆਪਣੇ ਸਮੱਸਿਆਵਾਂ ਨੂੰ ਲੈ ਕੇ ਆਂ ਜਾਂਦੇ ਸੋ ਔਰਤਾਂ ਇਹ ਸਿਰਫ ਪਰਿਵਾਰਕਿਆ ਘਰੇਲੂ ਮਸਲੇ ਦੀ ਗੱਲ ਨਹੀਂ ਔਰਤਾਂ ਕਿਤੇ ਵੀ ਹੋਣ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਨਾ ਕਮਿਸ਼ਨ ਦਾ ਕੰਮ ਹੈ ਹੂੰ ਜਦੋਂ ਵੀ ਕੁੜੀਆਂ ਨੂੰ ਕਿਸੇ ਤਰ੍ਹਾਂ ਦੀ ਚਾਹੇ ਉਹ ਕੰਮਕਾਜੀ ਹੈ ਪਰਿਵਾਰਕ ਦਿੱਕਤ ਆਉਂਦੀ ਹੈ ਤਾਂ ਇਹ ਕਮਿਸ਼ਨ ਕੰਮ ਕਿਸ ਤਰ੍ਹਾਂ ਕਰਦਾ ਹੈ ਕਿ ਸਿੱਧਾ ਕਮਿਸ਼ਨ ਦੇ ਨਾਲ ਸੰਪਰਕ ਕੀਤਾ ਜਾਵੇ ਜਾਂ ਪੁਲਿਸ ਥਾਣੇ ਦੇ ਥਰੂ ਹੋ ਕੇ ਇਹ ਗੱਲਬਾਤ ਕਮਿਸ਼ਨ ਤੱਕ ਆਉਂਦੀ ਹੈ ਨਹੀਂ ਆਮ ਤੌਰ ਤੇ ਤਾਂ ਜਿਹੜਾ ਇੱਕ ਪ੍ਰੋਸੀਜਰ ਜੋ ਹੈਗਾ ਉਹ ਇਹ ਹੈਗਾ ਕੋਈ ਵੀ ਔਰਤ ਆਪਣੀ ਜਿਹੜੀ ਕੰਪਲੇਂਟ ਹੈ ਉਹ ਡਾਇਰੈਕਟਲੀ ਹੀ ਕਮਿਸ਼ਨ ਨੂੰ ਭੇਜ ਸਕਦੀ ਹੈ ਜੀ ਔਰ ਇਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਵਕੀਲ ਦੇ ਥਰੂ ਤੁਸੀਂ ਪੈਸੇ ਖਰਚ ਕਰਕੇ ਫੀਸ ਦੇ ਕੇ ਤੁਸੀਂ ਪਹਿਲਾਂ ਕੰਪਲੇਂਟ ਤਿਆਰ ਕਰੋ ਆ ਇੱਕ ਕੋਈ ਫੀਸ ਹੈ ਕੋਈ ਫੀਸ ਨਹੀਂ ਕਿਉਂਕਿ ਸਰਕਾਰ ਨੇ ਬਣਾਈ ਹੋਈ ਇੱਕ ਔਰਤ ਦੇ ਹੱਕ ਦੇ ਵਿੱਚ ਇੱਕ ਸੰਸਥਾ ਹੈ ਤੇ ਤੁਸੀਂ ਇੱਕ ਪਲੇਨ ਕਾਗਜ਼ ਤੇ ਲਿਖ ਕੇ ਵੀ ਕੰਪਲੇਂਟ ਹੈ ਜਿਹੜੀ ਉਹ ਕਮਿਸ਼ਨ ਨੂੰ ਭੇਜ ਸਕਦੇ ਹੋ ਔਰ ਕਮਿਸ਼ਨ ਉਹਨੂੰ ਇੱਕ ਕੰਪਲੇਂਟ ਦੇ ਤੌਰ ਤੇ ਕੇਸ ਦੇ ਤੌਰ ਤੇ ਉਹਨੂੰ ਡੀਲ ਕਰਦਾ ਹੈ ਤੇ ਉਸ ਤੋਂ ਬਿਨਾ ਵੀ ਬਹੁਤ ਸਾਰੇ ਮਸਲੇ ਅਜਿਹੇ ਆ ਜਾਂਦੇ ਨੇ ਜਿੱਥੇ ਤੁਹਾਨੂੰ ਔਰਤਾਂ ਨੂੰ ਪਤਾ ਨਹੀਂ ਆ ਔਰਤਾਂ ਅਪਰੋਚ ਨਹੀਂ ਕਰ ਪਾਉਂਦੀਆਂ ਪਰ ਜਿਵੇਂ ਮੀਡੀਆ 'ਚ ਕੋਈ ਖਬਰ ਆ ਗਈ ਜੀ ਕਿਤੇ ਔਰਤ ਨਾਲ ਧੱਕਾ ਹੋ ਰਿਹਾ ਜਿਵੇਂ ਕਈ ਪਿੱਛੇ ਮੇਰੇ ਸਮੇਂ 'ਚ ਵੀ ਆ ਬਾਅਦ 'ਚ ਵੀ ਆਇਆ ਹੈ ਕਿ ਪੁਲਿਸ ਨੇ ਕਿਸੇ ਔਰਤਾਂ ਨੂੰ ਕੁੱਟਮਾਰ ਕੀਤੀ ਆ ਕਿਸੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਰੇਪ ਕੇਸਿਸ ਹੁੰਦੇ ਨੇ ਜਿਹੜੇ ਤੁਹਾਨੂੰ ਮੀਡੀਆ ਰਾਹੀਂ ਪਤਾ ਲੱਗਦੇ ਨਹੀਂ ਤਾਂ ਤੁਸੀਂ ਸਿਉ ਮੋਟੋ ਵੀ ਉਹਨਾਂ ਦਾ ਨੋਟਿਸ ਲੈ ਕੇ ਤੁਸੀਂ ਸਰਕਾਰ ਤੋਂ ਉਸ ਚੀਜ਼ ਦੀ ਰਿਪੋਰਟ ਪੁਲਿਸ ਤੋਂ ਰਿਪੋਰਟ ਮੰਗ ਸਕਦੇ ਹੋ ਸੋ ਇਸ ਤਰੀਕੇ ਨਾਲ ਆ ਕੋਈ ਕੋਈ ਹੋਰ ਬੰਦਾ ਵੀ ਜਿਵੇਂ ਕਿਤੇ ਲੱਗਦਾ ਕਿਸੇ ਦੀ ਮਦਦ ਕਰਨਾ ਕਿਸੇ ਔਰਤ ਦੀ ਕੋਈ ਐਨ ਜੀਓਜ਼ ਨੇ ਆ ਹੋਰ ਸੰਸਥਾਵਾਂ ਨੇ ਉਹ ਵੀ ਡਾਇਰੈਕਟਲੀ ਕਮਿਸ਼ਨ ਨੂੰ ਅਪਰੋਚ ਕਰ ਸਕਦੀਆਂ ਨੇ ਤੇ ਇਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਪੁਲਿਸ ਦੇ ਥਰੂ ਜਾਂ ਹੋਰ ਹੀ ਕਮਿਸ਼ਨ ਦੇ ਥਰੂ ਦੇ ਕੋਲ ਤੁਸੀਂ ਹੋਣਾ ਹੈ ਮੈਮ ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੀ ਕਿ ਔਰਤਾ ਨਾਲ ਜੁੜਿਆ ਹੋਇਆ ਚਾਹੇ ਕੋਈ ਵੀ ਮੁੱਦਾ ਹੈ ਕਾਨੂੰਨ ਇਹ ਗੱਲ ਕਹਿੰਦਾ ਕਿ ਉਹਦੀ ਜਿਹੜੀ ਜਾਣਕਾਰੀ ਉਹਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਹੂੰ 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 ਅ ਜਦੋਂ ਅਜਿਹੀ ਕੋਈ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਮੱਸਿਆ ਹੈ ਉਹ ਅ ਅੱਜਕੱਲ ਅਸੀਂ ਦੇਖ ਰਹੇ ਹਾਂ ਕਿ ਇਹ ਰੁਝਾਨ ਹੀ ਸ਼ੁਰੂ ਹੋ ਗਿਆ ਕਿ ਉਹਨੂੰ ਮੀਡੀਆ ਦੇ ਵਿੱਚ ਉਹਨਾਂ ਦੇ ਮਸਲੇ ਆਉਂਦੇ ਆ ਕਾਨੂੰਨੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਇਹ ਬਿਲਕੁਲ ਠੀਕ ਹੈ ਇਕੱਲੇ ਕਮਿਸ਼ਨ ਦੀ ਗੱਲ ਨਹੀਂ ਹੈਗੀ ਇਹ ਇਵਨ ਕੋਰਟਸ ਦੇ ਵਿੱਚ ਵੀ ਇਹ ਇੱਕ ਇੱਕ ਸੁਪਰੀਮ ਕੋਰਟ ਦੀਆਂ ਹਦਾਇਤਾਂ ਕਹਿ ਲਓ ਤੁਸੀਂ ਇਹ ਹਦਾਇਤਾਂ ਹੀ ਨੇ ਪੱਕੀਆਂ ਕਿ ਜਦੋਂ ਵੀ ਕਿਸੇ ਔਰਤ ਦਾ ਕੇਸ ਡੀਲ ਕਰਨਾ ਹੈ ਤਾਂ ਖਾਸ ਕਰਕੇ ਜਿਹੜੇ ਜਿੰਸੀ ਸ਼ੋਸ਼ਣ ਦੇ ਨਾਲ ਸੰਬੰਧਿਤ ਜਿਹੜੇ ਕੇਸ ਨੇ ਜਿਵੇਂ ਰੇਪ ਕੇਸਿਸ ਹੋ ਗਿਆ ਛੇੜਛਾੜ ਦੇ ਕੇਸ ਹੋ ਗਿਆ ਉਹ ਤਾਂ ਪੱਕਾ ਹੀ ਨੇ ਕਿ ਇਨ ਕੈਮਰਾ ਪ੍ਰोसीडिंग ਹੋਣੀ ਚਾਹੀਦੀ ਹੈ ਇਨ ਕੈਮਰਾ ਪ੍ਰोसीडिंग ਮੈਂ ਦਰਸ਼ਕਾਂ ਨੂੰ ਮੈਂ ਦੱਸਣਾ ਚਾਹਾਂਗੀ ਕਿ ਉਹ ਸਿੰਪਲ ਭਾਸ਼ਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਉਹ ਇੱਕ ਕਿਸਮ ਦੀ ਅ ਇਨ ਕੈਮਰਾ ਮਤਲਬ ਕਿ ਕਮਰੇ ਦੇ ਵਿੱਚ ਜੀ ਪ੍ਰोसीडिंग ਹੁੰਦੀ ਹੈ ਜਿਦੇ ਵਿੱਚ ਸੁਣਨ ਵਾਲੀ ਅਥਾਰਟੀ ਜਾਂ ਸਾਹਿਬ ਜਾਂ ਕਮਿਸ਼ਨ ਦੇ ਤੁਸੀਂ ਚੇਅਰਪਰਸਨ ਦੀ ਗੱਲ ਕਰ ਲਓ ਉਹ ਹੋਣਗੇ ਜਿਸ ਬੰਦੇ ਨੇ ਇੱਕ ਸਰਕਾਰੀ ਮੁਲਾਜ਼ਮ ਜਿਹੜਾ ਨੋਟ ਜੀ ਨੇ ਨੋਟ ਕਰਨੀ ਹੁੰਦੀ ਹੈ ਕੋਈ ਸਟੇਟਮੈਂਟ ਵਿਕਟਮ ਦੀ ਉਹ ਹੋ ਸਕਦਾ ਹੈ ਵਿਕਟਮ ਹੋ ਸਕਦਾ ਤੇ ਜੇਕਰ ਵਿਕਟਮ ਦੇ ਨਾਲ ਕੋਈ ਉਹਦਾ ਵਕੀਲ ਹੈ ਉਹ ਹੋ ਸਕਦਾ ਬਾਕੀ ਜਿਵੇਂ ਪ੍ਰਾਈਵੇਟ ਬੰਦੇ ਆ ਉਹਦੀ ਕੋਈ ਤੁਸੀਂ ਉਹਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਉਣ ਦੀ ਗੱਲ ਉਹ ਚੀਜ਼ ਨਹੀਂ ਹੋ ਸਕਦੀ ਕਿਉਂਕਿ ਉੱਥੇ ਔਰਤ ਦੀ ਨਿੱਜਤਾ ਦਾ ਸਵਾਲ ਹੈ ਕਿਉਂਕਿ ਬਹੁਤ ਸਾਰੇ ਮਸਲੇ ਨੇ ਜਿਹੜੇ ਔਰਤ ਦੇ ਅਜਿਹੇ ਹੁੰਦੇ ਨੇ ਜਿੱਥੇ ਬਹੁਤ ਜ਼ਿਆਦਾ ਪ੍ਰਾਈਵੇਸੀ ਦੀ ਜ਼ਰੂਰਤ ਹੁੰਦੀ ਹੈ ਤੇ ਔਰਤ ਖੁੱਲਕੇ ਆਪਣੀ ਗੱਲ ਕਰ ਸਕੇ ਉਹਦੇ ਵਾਸਤੇ ਇੱਕ ਉਸ ਤਰ੍ਹਾਂ ਦਾ ਉਹਨੂੰ ਮਾਹੌਲ ਦੇਣ ਦੀ ਲੋੜ ਹੁੰਦੀ ਹੈ ਤੇ ਇਹ ਜਿਹੜੀ ਪ੍ਰोसीडिंग ਚਾਹੇ ਕੋਰਟ ਚ ਹੋਵੇ ਚਾਹੇ ਕਮਿਸ਼ਨ ਚ ਹੋਵੇ ਚਾਹੇ ਈਵਨ ਜਿਵੇਂ ਔਮਨ ਸੈਲ ਵਗੈਰਾ ਬਣੇ ਹੋਏ ਨੇ ਉੱਥੇ ਵੀ ਜੇਕਰ ਔਰਤ ਡਿਮਾਂਡ ਵੀ ਕਰ ਸਕਦੀ ਹੈ ਕਿ ਮੇਰੀ ਜਿਹੜੀ ਪ੍ਰੋਸੀਡਿੰਗ ਹੈ ਇਨ ਕੈਮਰਾ ਹੋਵੇ ਤੇ ਮੇਰੇ ਖਿਆਲ ਤੋਂ ਜੇਕਰ ਕਿਉਂਕਿ ਔਰਤਾਂ ਨੂੰ ਬਹੁਤ ਘੱਟ ਪਤਾ ਹੁੰਦਾ ਹੈ ਕਿ ਮੈਂ ਕਿਸ ਤਰੀਕੇ ਨਾਲ ਮੈਂ ਆਪਣੀ ਸੁਣਵਾਈ ਕਰਵਾ ਸਕਦੀ ਆ ਉੱਥੇ ਕਮਿਸ਼ਨ ਦੇ ਜਾਂ ਜਿਹੜਾ ਵੀ ਉਸ ਅਥਾਰਟੀ ਦੇ ਵਿੱਚ ਇੱਕ ਜੱਜ ਦੇ ਰੂਪ ਦੇ ਵਿੱਚ ਅਥਾਰਟੀ ਚ ਉਹ ਵਿਅਕਤੀ ਬੈਠਿਆ ਉਹਦਾ ਫਰਜ਼ ਬਣਦਾ ਹੈ ਕਿ ਉਹ ਵਿਕਟਮ ਨੂੰ ਇਹ ਪੁੱਛੇ ਕਿ ਤੁਹਾਨੂੰ ਪ੍ਰोसीडिंग ਹੈ ਜਿਹੜੀ ਇਨ ਕੈਮਰਾ ਚਾਹੀਦੀ ਹੈ ਕਿਵੇਂ ਚਾਹੀਦੀ ਹੈ ਤਾਂ ਉਹ ਉਹਨੂੰ ਦੱਸਣਾ ਜ਼ਰੂਰੀ ਹੈ ਕਿ ਤੇਰਾ ਇਹ ਰਾਈਟ ਬਣਦਾ ਹੈ ਕਿ ਤੂੰ ਇਨ ਕੈਮਰਾ ਕੈਮਰਾ ਪ੍ਰोसीडिंग ਦੀ ਡਿਮਾਂਡ ਕਰ ਸਕਦੇ ਆ ਤਾਂ ਉਹ ਮੇਰੇ ਖਿਆਲ ਚ ਜੇਕਰ ਨਹੀਂ ਵੀ ਕਿਸੇ ਨੂੰ ਵਿਕਟਮ ਨੂੰ ਨਹੀਂ ਪਤਾ ਪਰ ਉੱਥੇ ਜਿਹੜਾ ਬੰਦਾ ਅਥਾਰਟੀ 'ਚ ਬੈਠਿਆ ਉਹਨੂੰ ਜ਼ਰੂਰ ਇਸ ਵਿਸ਼ੇ ਪ੍ਰਤੀ ਸੈਂਸਟਾਈਜ਼ ਹੋਣਾ ਚਾਹੀਦਾ ਹੈ ਕਿ ਆਪਾਂ ਜਿਹੜਾ ਬੰਦਾ ਸਾਡੇ ਕੋਲੇ ਆਪਣੀ ਸਮੱਸਿਆ ਲੈ ਕੇ ਆਇਆ ਉਹਦੀ ਨਿੱਜਤਾ ਦਾ ਸੇ ਖਿਆਲ ਜ਼ਰੂਰ ਰੱਖੀਏ ਮੈਂ ਮੇਰਾ ਸਵਾਲ ਇਹੀ ਸੀ ਕਿ ਮੰਨ ਲਓ ਕਿਸੇ ਦਾ ਕੋਈ ਘਰੇਲੂ ਮਸਲਾ ਹੈ ਨਾ ਜਿਸ ਤਰ੍ਹਾਂ ਦਾ ਸਾਡੇ ਰਾਜ ਦਾ ਮਾਹੌਲ ਆ ਜਿਵੇਂ ਦੇ ਪਰਿਵਾਰਾਂ ਦੇ ਵਿੱਚੋਂ ਅਸੀਂ ਆਉਂਦੇ ਆ ਵਧੇਰੇ ਕਰਕੇ ਕੁੜੀਆਂ ਆਪਣੇ ਮਾਪਿਓ ਨੂੰ ਵੀ ਨਹੀਂ ਦੱਸਦੀਆਂ ਘੜਦੀਆਂ ਸਾਰੀਆਂ ਗੱਲਾਂ ਨਾ ਉੱਥੇ ਜੀ ਉਹਨਾਂ ਨੂੰ ਕੋਈ ਸਮੱਸਿਆ ਆਈ ਹੈ ਤਾਂ ਪਹਿਲੀ ਗੱਲ ਤਾਂ ਕਮਿਸ਼ਨ ਤੱਕ ਪਹੁੰਚਣਾ ਹੀ ਬਹੁਤ ਵੱਡੀ ਗੱਲ ਹੈ ਬਿਲਕੁਲ ਠੀਕ ਹੈ ਬਹੁਤ ਹਿੰਮਤ ਦੇ ਨਾਲ ਕੋਈ ਕੁੜੀ ਉੱਥੇ ਤੱਕ ਜਾਂਦੀ ਹੈ ਤੇ ਕੀ ਉਹਨਾਂ ਦੀਆਂ ਗੱਲਾਂ ਉਹਨਾਂ ਦੀਆਂ ਪਰਿਵਾਰਕ ਗੱਲਾਂ ਉਹ ਕੈਮਰੇ ਦੇ ਸਾਹਮਣੇ ਜਨਤਕ ਕੀਤੀਆਂ ਜਾ ਸਕਦੀਆਂ ਕੀ ਕਮਿਸ਼ਨ ਦੇ ਕੋਲੇ ਅਧਿਕਾਰ ਹੈ ਨਹੀਂ ਇਹ ਬਿਲਕੁਲ ਬੇਅਧਿਕਾਰ ਨਹੀਂ ਔਰ ਇਹ ਚੀਜ਼ ਜੇਕਰ ਕਿਤੇ ਹੁੰਦੀ ਵੀ ਹੈ ਤਾਂ ਬਹੁਤ ਜ਼ਿਆਦਾ ਉਹ ਮੇਰੇ ਖਿਆਲ ਸੇ ਗਲਤ ਹੋ ਰਹੀ ਹੈ ਤੇ ਔਰਤਾਂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਸੀ ਨਹੀਂ ਨਿਭਾ ਰਹੇ ਹੋਵਾਂਗੇ ਜੇਕਰ ਅਸੀਂ ਅਜਿਹਾ ਕੁਝ ਕਰਦੇ ਹਾਂ ਕਿਉਂਕਿ ਜਦੋਂ ਜਿੰਨਾ ਚਿਰ ਮੈਂ ਇਸ ਕਮਿਸ਼ਨ ਦੇ ਵਿੱਚ ਸੇਵਾ ਨਿਭਾਈ ਹੈ ਤਾਂ ਮੇਰੇ ਸਾਹਮਣੇ ਬਹੁਤ ਸਾਰੇ ਕੇਸਿਸ ਅਜਿਹੇ ਆਏ ਸੀ ਜਿੱਥੇ ਉਹ ਕੇਸ ਨੇ ਜਿਹੜੇ ਵਕ ਵਕ ਅਥਾਰਟिटीज ਦੇ ਵਿੱਚੋਂ ਹੋ ਕੇ ਆਏ ਸੀ 2 2 3 3 ਸਾਲ ਤੋਂ ਕੇਸ ਚੱਲ ਰਹੇ ਸੀ ਚਾਹੇ ਪੁਲਿਸ ਦੇ ਕੋਲ ਸੀ ਚਾਹੇ ਕੋਰਟਸ ਦੇ ਕੋਲ ਸੀ ਤੇ ਜਦੋਂ ਉਹ ਕਮਿਸ਼ਨ ਦੇ ਕੋਲੇ ਆਏ ਤਾਂ ਉਹ ਲੜਕੀਆਂ ਨੇ ਆਪਣੇ ਪੇਰੈਂਟਸ ਨੂੰ ਵੀ ਬਾਹਰ ਕੱਢ ਕੇ ਮੇਰੇ ਨਾਲ ਕੁਝ ਅਜਈਆਂ ਗੱਲਾਂ ਉਹ ਸਾਂਝੀਆਂ ਕਰਦੇ ਸੀ ਜਿਨ੍ਹਾਂ ਬਾਰੇ ਉਹ ਦੱਸਦੀਆਂ ਸੀ ਕਿ ਕਿ ਸਾਡੇ ਮਸਲੇ ਦੀ ਜੜ ਅਦਰਵਾਈਜ਼ ਇਹ ਹੈ ਤੇ ਅਸੀਂ ਸ਼ਰਮ ਦੇ ਮਾਰਿਆਂ ਆਪਣੇ ਪੇਰੈਂਟਸ ਦੇ ਨਾਲ ਵੀ ਉਹ ਗੱਲ ਸਾਂਝੀ ਨਹੀਂ ਕਰ ਸਕਦੇ ਆਪਣੇ ਭੈਣ ਭਰਾਵਾਂ ਨਾਲ ਸਾਂਝੀ ਨਹੀਂ ਕਰ ਸਕਦੇ ਸੋ ਉਪਰੇ ਬੰਦੇ ਦੇ ਸਾਹਮਣੇ ਤਾਂ ਕਰਨੀ ਬਹੁਤ ਮੁਸ਼ਕਲ ਹੈ ਤੇ ਇਸ ਕਰਕੇ ਹੀ ਸ਼ਾਇਦ ਉਹ ਮਸਲਿਆਂ ਦੇ ਹੱਲ ਨਹੀਂ ਸੀ ਹੋ ਰਹੇ ਪਰ ਜਦੋਂ ਅਸੀਂ ਕਿਉਂਕਿ ਜਦੋਂ ਤੱਕ ਤੁਸੀਂ ਜੜ ਨਹੀਂ ਫੜਦੇ ਉਸ ਚੀਜ਼ ਦਾ ਇਲਾਜ ਨਹੀਂ ਹੋ ਸਕਦਾ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਸੀ ਉਦੋਂ ਜਦੋਂ ਲੜਕੀਆਂ ਮੇਰੇ ਨਾਲ ਇੱਕ ਭੈਣ ਦੇ ਤੌਰ ਤੇ ਇੱਕ ਵੱਡੇ ਵੱਡੀ ਉਮਰ ਦੇ ਆਪਣੀ ਨਾਲੋਂ ਸਮਝ ਕੇ ਉਹ ਮੇਰੇ ਨਾਲ ਆਪਣੀ ਗੱਲ ਸ਼ੇਅਰ ਕਰਦੇ ਸੀ ਤੇ ਉਹਨਾਂ ਗੱਲਾਂ ਦਾ ਜੜ ਫੜ ਕੇ ਜਦੋਂ ਅਸੀਂ ਉਸ ਚੀਜ਼ ਦਾ ਨਪਟਾਰਾ ਕਰਦੇ ਸੀ ਤਾਂ ਖੁਸ਼ੀ ਵੀ ਹੁੰਦੀ ਸੀ ਕਿ ਅਦਰਵਾਈਜ਼ ਉਹ ਕੁੜੀਆਂ ਮਰਨ ਦੇ ਕੰਗਾਰ ਤੇ ਪਹੁੰਚੀਆਂ ਹੁੰਦੀਆਂ ਸੀ ਪਰ ਇਹ ਇਸ ਕਰਕੇ ਜ਼ਰੂਰੀ ਹੈ ਕਿ ਜਿਹੜੀਆਂ ਨਿੱਜੀ ਗੱਲਾਂ ਹੁੰਦੀਆਂ ਨੇ ਜਦੋਂ ਕੋਈ ਪਰਿਵਾਰਕ ਮਸਲੇ ਦੀ ਆਪਾਂ ਗੱਲ ਕਰ ਲਈਏ ਕਮਿਸ਼ਨ ਦੇ ਕੋਲੇ ਜ਼ਿਆਦਾਤਰ ਬਹੁਤਾਤ ਜਿਹੜੇ ਕੇਸਾਂ ਦੀਆਂ ਪਰਿਵਾਰਕ ਮਸਲਿਆਂ ਦੀ ਹੈ ਤੇ ਉਹ ਪਰਿਵਾਰਕ ਮਸਲੇ ਹੁਣ ਹਾਲਾਤ ਐਵੇਂ ਦੇ ਬਣੇ ਹੋਏ ਨੇ ਕਿ ਇਸ ਤਰ੍ਹਾਂ ਦੀਆਂ ਉਹ ਜ਼ਰੂਰੀ ਨਹੀਂ ਹੁੰਦਾ ਕਿ ਡੋਰੀ ਨਾਲ ਸੰਬੰਧਿਤ ਹੋਵੇ ਕਿਸੇ ਡਿਮਾਂਡ ਦੇ ਪ੍ਰਤੀ ਅੱਜ ਕੱਲ੍ਹ ਹਾਲਾਤ ਐਵੇਂ ਦੇ ਬਣੇ ਹੋਏ ਨੇ ਕਿ ਬਹੁਤ ਸਾਰੇ ਇਸ਼ੂਜ਼ ਐਵੇਂ ਦੇ ਨੇ ਜਿੱਥੇ ਆਪਣੇ ਸਮਾਜ ਆਪਣਾ ਸਮਾਜ ਹੈ ਜਿਹੜਾ ਸ਼ਰਮ ਦੇ ਨਾਲ ਜੋੜ ਕੇ ਆਪਾਂ ਸਮਝ ਸਕਦੇ ਆ ਕਿ ਮਸਲਿਆਂ ਦਾ ਜਿਹੜਾ ਜਿਹੜੀ ਜਾੜਾ ਕਿਤੇ ਨਾ ਕਿਤੇ ਨਿੱਜਤਾ ਦੇ ਪਲ ਹੁੰਦੇ ਨੇ ਇੱਕ ਜੋੜੇ ਦੇ ਹੈ ਨਾ ਉਹ ਉੱਥੇ ਜਿਹੜੀ ਸਮੱਸਿਆ ਪੈਦਾ ਹੁੰਦੀ ਹੈ ਉੱਥੇ ਤੁਸੀਂ ਟੀਵੀ ਤੇ ਆ ਤੁਸੀਂ ਸੋਸ਼ਲ ਮੀਡੀਆ ਤੇ ਤੁਸੀਂ ਆਪਾਂ ਕਿਸੇ ਦਾ ਜਲੂਸ ਨਹੀਂ ਕੱਢ ਸਕਦੇ ਕਿਉਂਕਿ ਕਈ ਵਾਰ ਹਾਲਾਤ ਇਹੋ ਜਿਹੇ ਹੋ ਜਾਂਦੇ ਨੇ ਕਿ ਅ ਇਸ ਤਰ੍ਹਾਂ ਦੀਆਂ ਗੱਲਾਂ ਦੋਵੇਂ ਪਾਰਟੀਆਂ ਦੀਆਂ ਇੱਕ ਦੂਜੇ ਦੀ ਚਾਹੇ ਦੂਸ਼ਣਬਾਜ਼ੀ ਦੀ ਆਪਾਂ ਗੱਲ ਕਰ ਲਈਏ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਕਈ ਵਾਰ ਦੂਸ਼ਣਬਾਜ਼ੀ ਵੀ ਹੁੰਦੀ ਪਾਰਟੀਆਂ 'ਚ ਉਹ ਮਸਲਾ ਉਹ ਬੇਸ਼ੱਕ ਹੱਲ ਵੀ ਹੋ ਜਾਵੇ ਪਰ ਜਿਹੜੀ ਅਗਲੀ ਆਉਣ ਵਾਲੀ ਜਿਹੜੀ ਜ਼ਿੰਦਗੀ ਹੈ ਚਾਹੇ ਉਹ ਮੁੰਡੇ ਦੀ ਹੋਵੇ ਚਾਹੇ ਉਹ ਕੁੜੀ ਦੀ ਹੋਵੇ ਸੋਸ਼ਲ ਮੀਡੀਆ ਤੇ ਜਿਹੜੀ ਗੱਲ ਇੱਕ ਵਾਰ ਆ ਗਈ ਉਹ ਇੱਕ ਅਜਿਹੀ ਜ਼ਹਿਰ ਹੈ ਜਿਹੜੀ ਉਹ ਘੁਲ ਜਾਂਦੀ ਹੈ ਜ਼ਿੰਦਗੀਆਂ ਦੇ ਵਿੱਚ ਜਿਹਨੂੰ ਤੁਸੀਂ ਉਹ ਖਤਮ ਨਹੀਂ ਹੋ ਸਕਦੀ ਤੇ ਬਲੈਕਮੇਲ ਦਾ ਇੱਕ ਬਹੁਤ ਵੱਡਾ ਇੱਕ ਜ਼ਰੀਆ ਬਣ ਜਾਂਦੀ ਹੈ ਇਹ ਚੀਜ਼ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਲੈ ਕੇ ਆਉਂਦੇ ਆ ਤਾਂ ਮੇਰੇ ਖਿਆਲ ਚ ਇਹਨਾਂ ਚੀਜ਼ਾਂ ਤੋਂ ਜੇਕਰ ਜ਼ਿੰਮੇਵਾਰੀ ਅਥਾਰਟिटीज ਨੇ ਚਾਹੇ ਕਮਿਸ਼ਨ ਨੇ ਚਾਹੇ ਕੋਰਟਸ ਨੇ ਜੇ ਆਪਾਂ ਉਸ ਚੀਜ਼ ਨੂੰ ਅਵੋਇਡ ਕਰ ਲਈਏ ਤਾਂ ਚੰਗੀ ਗੱਲ ਹੈ ਕਿਉਂਕਿ ਅਦਰਵਾਇਜ਼ ਸ਼ਾਇਦ ਆਪਾਂ ਕਿਸੇ ਜੋੜੇ ਦਾ ਕਿਸੇ ਮੁੰਡੇ ਦਾ ਐ ਕੁੜੀ ਆਪਾਂ ਨਾ ਕਰਦੇ ਕਰਦੇ ਉਹਦੀ ਆਪਾਂ ਜ਼ਿੰਦਗੀ ਖਰਾਬ ਕਰਨ ਵਾਲੇ ਤੁਰ ਪੈਂਦੇ ਆ। ਹੂੰ ਕਿਉਂਕਿ ਮਮ ਜਿਵੇਂ ਦੇ ਪਰਿਵਾਰਾਂ ਦੇ ਵਿੱਚੋਂ ਜਾਂ ਜਿਵੇਂ ਦਾ ਸਾਡਾ ਮਾਹੌਲ ਇੱਥੋਂ ਦਾ ਪੰਜਾਬ ਦਾ ਹੈ ਸਾਡੇ ਘਰਾਂ ਦੇ ਵਿੱਚ ਹਲੇ ਵੀ ਜਵਾਈ ਭਾਈ ਦੇ ਸਾਹਮਣੇ ਸਾਡੇ ਮਾਪਿਓ ਇਕੱਠੇ ਇੱਕ ਸੋਫੇ ਤੇ ਨਹੀਂ ਬੈਠਦੇ। ਬਿਲਕੁਲ ਠੀਕ ਹੈ। ਤਾਂ ਉੱਥੇ ਉਹ ਆਪਣੀਆਂ ਜਿਹੜੀਆਂ ਨਿੱਜੀ ਸਮੱਸਿਆਵਾਂ ਨੇ ਉਹ ਕੈਮਰੇ ਦੇ ਸਾਹਮਣੇ ਕਿਵੇਂ ਕਰ ਸਕਦੇ ਨੇ ਸਾਂਝੀਆਂ ਹਨਾ? ਦੂਜੀ ਗੱਲ ਕੀ ਇੱਕ ਵਾਰ ਜਿਹੜਾ ਤੁਹਾਡਾ ਮਸਲਾ ਸੋਸ਼ਲ ਮੀਡੀਆ ਤੇ ਚਲਾ ਗਿਆ। ਹੂੰ ਹੋ ਸਕਦਾ ਕੱਲ ਨੂੰ ਤੁਹਾਡੇ ਰਿਸ਼ਤੇ ਦੇ ਵਿੱਚ ਦੁਬਾਰੇ ਉਹ ਨਿੱਗ ਵਾਪਸ ਆਉਣਾ ਵੀ ਹੋਵੇ ਹੈਨਾ ਪਰ ਗੁੰਜਾਇਸ਼ੀ ਖਤਮ ਕਰਦੀ ਗੁੰਜਾਇਸ਼ ਖਤਮ ਹੋ ਜਾਂਦੀ ਬਿਲਕੁਲ ਕਿਉਂਕਿ ਤੁਸੀਂ ਜਿੰਨੀ ਵਾਰ ਉਹਨੂੰ ਦੇਖੋਗੇ ਪਤਾ ਨਹੀਂ ਲੋਕਾਂ ਨੇ ਉਹ ਕਿੱਥੇ ਸ਼ੇਅਰ ਕੀਤਾ ਹੋਣਾ ਤਾਂ ਉਹ ਚੀਜ਼ਾਂ ਦੁਬਾਰੇ ਤੁਹਾਡੇ ਮਨ ਦੇ ਵਿੱਚ ਰੜਕਣਗੀਆਂ ਹੂੰ ਹੂੰ ਉਹ ਮੁੱਦਾ ਉੱਥੋਂ ਖਤਮ ਹੀ ਨਹੀਂ ਹੋ ਸਕਦਾ ਨਹੀਂ ਇਸੇ ਕਰਕੇ ਹੈ ਨਾ ਵੀ ਜਿਹੜੇ ਜ਼ਿੰਮੇਵਾਰ ਬੰਦੇ ਇਹਨਾਂ ਪਦਵੀਆਂ ਤੇ ਪਹੁੰਚਦੇ ਨੇ ਹੂੰ ਮੇਰੇ ਖਿਆਲ ਚ ਪਹਿਲਾ ਉਹਨਾਂ ਨੂੰ ਹੀ ਆਪਣੇ ਆਪ ਨੂੰ ਖੁਦ ਨੂੰ ਸੈਂਸਟਾਈਜ਼ ਕਰਨ ਦੀ ਲੋੜ ਹੈ। ਉਹਨੂੰ ਇੰਨੀਕੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਕਿਸੇ ਚੀਜ਼ ਨੂੰ ਆਪਾਂ ਨੇ ਡੀਲ ਕਿਵੇਂ ਕਰਨਾ ਹੈ। ਤੇ ਦੂਸਰਾ ਇਹ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਬੰਦਿਆਂ ਨੂੰ ਦੇਖੋ ਜੇ ਆਪਾਂ ਪੰਜਾਬ ਪੰਜਾਬੀ ਸੁਸਾਇਟੀ ਦੀ ਗੱਲ ਕਰ ਲਈਏ। ਹਮ ਕਿਸ ਤਰ੍ਹਾਂ ਦੀਆਂ ਰੌ ਰੀਤਾਂ ਨੇ ਰਵਾਇਤਾਂ ਨੇ ਜਿਹੜੀਆਂ ਟ੍ਰੈਡੀਸ਼ਨਸ ਨੇ ਜਿਹੜੀਆਂ ਸ਼ੁਰੂ ਤੋਂ ਚੱਲੀਆਂ ਆ ਰਹੀਆਂ ਨੇ ਠੀਕ ਹੈ ਟਾਈਮ ਆਉਣ ਨਾਲ ਉਹ ਚੀਜ਼ਾਂ ਜੇ ਬਹੁਤ ਸਾਰਾ ਜੇ ਕੋਈ ਗਲਤ ਵੀ ਹੋ ਰਹੀਆਂ ਤਾਂ ਸੁਧਾਰ ਵੀ ਹੁੰਦਾ ਪਰ ਤੁਸੀਂ ਇੱਕਦਮ ਕਿਸੇ ਨੂੰ ਫੋਰਸ ਨਾਲ ਉਹ ਚੀਜ਼ਾਂ ਠੀਕ ਨਹੀਂ ਕਰ ਸਕਦੇ ਤੁਸੀਂ ਇੱਕ ਇੱਕ ਅਵੇਰਨੈਸ ਦਾ ਫਲਾ ਸਕਦੇ ਜੇਕਰ ਕੋਈ ਕਿਸੇ ਰਵਾਇਤ ਚ ਆਪਾਂ ਨੂੰ ਨੁਕਸ ਲੱਗਦਾ ਤਾਂ ਮੇਰੇ ਖਿਆਲ ਚ ਆਪਾਂ ਨੂੰ ਇੱਕ ਤਾਂ ਅਤੇ ਪੰਜਾਬੀ ਸੁਸਾਇਟੀ ਦੀ ਗੱਲ ਕਰਨੀ ਹੈ ਜਿਹੜੀਆਂ ਪਿੰਡਾਂ ਦੀਆਂ ਦਾ ਜਿਹੜਾ ਇੱਕ ਕਲਚਰ ਹੈ ਸਮਾਜ ਹੈ ਉਹ ਥੋੜਾ ਜਿਆਦਾ ਡਿਫਰੈਂਟ ਹੈ ਸ਼ਹਿਰ ਚ ਜਿਹੜੇ ਪਰਿਵਾਰ ਵਸਦੇ ਨੇ ਉਹ ਥੋੜੇ ਜੇ ਖੁੱਲੇ ਪਨ ਵੱਲ ਵੀ ਨੇ ਪਰ ਟ੍ਰੈਡੀਸ਼ਨਸ ਉਹ ਵੀ ਫਾਲੋ ਕਰਦੇ ਨੇ ਭਾਵੇਂ ਕੱਟ ਕਰਨ ਭਾਵੇਂ ਵੱਧ ਕਰਨ ਤੇ ਪੰਜਾਬ ਦੀਆਂ ਜਿਹੜੀਆਂ ਟ੍ਰੈਡੀਸ਼ਨਸ ਨੇ ਉਹ ਬਾਕੀ ਉਹਨਾਂ ਦੇ ਨਾਲੋਂ ਬਿਲਕੁਲ ਡਿਫਰੈਂਟ ਨੇ ਤੇ ਚਾਹੇ ਪਹਿਰਾਵੇ ਦੀ ਗੱਲ ਕਰ ਲਈਏ ਚਾਹੇ ਆਪਾਂ ਰਹਿਣੀ ਸਹਿਣੀ ਦੀ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਗੱਲ ਕਰ ਲਈਏ ਸਾਨੂੰ ਜਦੋਂ ਆਪਾਂ ਕੋਈ ਡੀਲ ਕਿਸੇ ਕੇਸ ਦੇ ਨਾਲ ਕਰਦੇ ਹਾਂ ਸਿਰਫ ਆਪਾਂ ਉਹਦਾ ਉਹਨੂੰ ਇੱਕ ਕੰਪਲੇਂਟ ਦੇ ਤੌਰ ਤੇ ਹੀ ਨਾ ਲਈਏ ਆਪਾਂ ਉਸ ਕੰਪਲੇਂਟ ਦੇ ਪਿੱਛੇ ਕਾਰਨ ਕੀ ਨੇ ਜੁੜੇ ਹੋਏ ਸਨੋਟੂnga ਇਹਦੇ ਨਾਲ ਜਦ ਤੱਕ ਅਸੀਂ ਉਸ ਨੂੰ ਨਹੀਂ ਸਮਝਾਂਗੇ ਜਾਂ ਆਪਣੇ ਉਸ ਸਮਾਜਿਕ ਵਰਤਾਰੇ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਾਂ ਉਹ ਚੀਜ਼ ਨੂੰ ਨਹੀਂ ਦੇਖਾਂਗੇ ਮੇਰੇ ਖਿਆਲ ਚ ਆਪਾਂ ਫਿਰ ਕਿਸੇ ਨਾਲ ਇਨਸਾਫ ਨਹੀਂ ਕਰ ਸਕਦੇ ਸੋ ਪੰਜਾਬੀਅਤ ਜੇਕਰ ਆਪਾਂ ਪੰਜਾਬ ਸਟੇਟ ਭੂਮਨ ਕਮਿਸ਼ਨ ਦੀ ਗੱਲ ਕਰੀਏ ਤਾਂ ਪੰਜਾਬੀਅਤ ਤੇ ਪਹਿਰਾ ਦੇਣ ਵਾਲੇ ਬੰਦੇ ਜੇਕਰ ਇੱਥੇ ਹੋਣ ਤਾਂ ਮੇਰੇ ਖਿਆਲ ਚ ਉਹ ਜਿਹੜੇ ਕੰਪਲੇਨ ਕੰਪਲੇਨਟ ਕਰਨ ਵੀ ਆਉਂਦੇ ਨੇ ਇਵਨ ਦੂਜੀਆਂ ਪਾਰਟੀਆਂ ਵੀ ਉਹ ਆਪਣੇ ਆਪ ਨੂੰ ਤੁਹਾਡੇ ਨਾਲ ਪਹਿਲਾਂ ਜੁੜਿਆ ਮਹਿਸੂਸ ਕਰਨ ਤਾਂ ਹੀ ਤੁਹਾਡੇ ਨਾਲ ਕੋਈ ਗੱਲ ਜਦੋਂ ਉਹ ਸ਼ੇਅਰ ਕਰਦੇ ਨੇ ਤਾਂ ਹੀ ਉਸ ਚੀਜ਼ ਦਾ ਹੱਲ ਹੁੰਦਾ ਸੋ ਜੁੜਿਆ ਮਹਿਸੂਸ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਸੇ ਚੀਜ਼ ਦੇ ਲਈ ਕਿ ਤੁਸੀਂ ਜਿਸ ਉਹਦੀ ਪ੍ਰਤੀਨਿਧਤਾ ਕਰ ਰਹੇ ਹੋ ਜਿਸ ਭਾਈਚਾਰੇ ਦੀ ਤੁਹਾਨੂੰ ਉਹਨਾਂ ਦਾ ਇਹ ਰੀਤੀ ਰਿਵਾਜ ਉਹਨਾਂ ਦੀ ਰਹਿਣੀ ਸਹਿਣੀ ਉਹਨਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਦੇ ਬਾਰੇ ਵਿੱਚ ਵੀ ਜਿਹੜੀ ਜਾਣਕਾਰੀ ਹੈ ਉਹ ਹੋਣੀ ਚਾਹੀਦੀ ਹੈ ਜ਼ਰੂਰੀ ਹੈ ਜੀ ਬਿਲਕੁਲ ਜੀ ਮੈਮ ਤੁਸੀਂ 5 ਸਾਲ बतौर ਚੇਅਰਪਰਸਨ ਔਰਤ ਕਮਿਸ਼ਨ ਦੇ ਕੰਮ ਕੀਤਾ ਹੈ ਜੀ ਪੰਜਾਬ ਦੇ ਵਿੱਚ ਘਰੇਲੂ ਹਿੰਸਾ ਦੇ ਮਾਮਲੇ ਕਿੰਨੇ ਕਾਉਂਦੇ ਨੇ ਐਵਰੇਜ ਦੇਖੋ ਮੈਕਸਿਮਮ ਤਾਂ ਜਿਵੇਂ ਕੇਸ ਆਉਂਦੇ ਨੇ ਜੇ ਸੌਆਂ ਚੋਂ ਆਪਾਂ ਇਹ ਲਾ ਲਓ ਵੀ 70 ਪੀ 75 ਕੇਸ ਤਾਂ ਘਰੇਲੂ ਹਿੰਸਾ ਨਾਲ ਹੀ ਜੁੜੇ ਹੁੰਦੇ ਨੇ ਉਹ ਗੱਲ ਵੱਖਰੀ ਹੈ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਉਹ ਜ਼ਰੂਰੀ ਨਹੀਂ ਕਿ ਉਹ ਡੋਰੀ ਨਾਲ ਰਿਲੇਟਡ ਹੀ ਹੋਣ ਇਹ ਹੋਰ ਤਰ੍ਹਾਂ ਹੁਣ ਮਸਲੇ ਇਸ ਤਰ੍ਹਾਂ ਦੇ ਹੋਗੇ ਸਮਾਜ ਜਿਸ ਪਾਸੇ ਨੂੰ ਜਾ ਰਿਹਾ ਹੈ ਜੇਕਰ ਆਪਾਂ ਉਹਨਾਂ ਮਸਲਿਆਂ ਦੀ ਜੜ੍ਹ 'ਚ ਜਾਂਦੇ ਹਾਂ ਤਾਂ ਕਿਤੇ ਨਾ ਕਿਤੇ ਜਿਵੇਂ ਅੱਜ ਆਪਣੇ ਪੰਜਾਬ 'ਚ ਨਸ਼ਿਆਂ ਦੀ ਗੱਲ ਜਿਵੇਂ ਹੈਗੀ ਐ ਤਾਂ ਬਹੁਤ ਸਾਰੇ ਮਸਲੇ ਹੁੰਦੇ ਸੀ ਜਿੱਥੇ ਮਾਰਕੁਟਾਈ ਦਾ ਮਸਲਾ ਆ ਗਿਆ ਤਾਂ ਉੱਥੇ ਮੁੰਡੇ ਦਾ ਨਸ਼ੇੜੀ ਹੋਣਾ ਆ ਪਰਿਵਾਰ 'ਚੋਂ ਨਸ਼ੇ ਦਾ ਹੋਣਾ ਆ ਪਰਿਵਾਰ ਤੋਂ ਨਸ਼ੇੜੀ ਮੁੰਡੇ ਦੀ ਹਮਾਇਤ ਕਰਦਿਆਂ ਵੱਲੋਂ ਤੇ ਕੁੜੀ ਨੂੰ ਹਮਾਇਤ ਨਾ ਮਿਲਣਾ ਸੋ ਜ਼ਿਆਦਾਤਰ ਕੇਸ ਨੇ ਜਿਹੜੇ ਘਰੇਲੂ ਹਿੰਸਾ ਦੇ ਨਾਲ ਜੁੜੇ ਹੋਏ ਇਸ ਤਰ੍ਹਾਂ ਦੇ ਮੈਕਸਿਮਮ ਕੇਸ ਤਾਂ ਘਰੇਲੂ ਹਿੰਸਾ ਨਾਲ ਜੁੜੇ ਹੁੰਦੇ ਨੇ ਉਹਨਾਂ ਦੇ ਕਾਰਨ ਵੱਖੋ ਵੱਖਰੇ ਹੋ ਸਕਦੇ ਨੇ ਪਰ ਜ਼ਿਆਦਾਤਰ ਜਿਹੜੀਆਂ ਕੰਪਲੇਂਟਸ ਇੱਕ ਰਵਾਇਤ ਬਣਾ ਲਈ ਆਪਣੇ ਪੰਜਾਬ ਦੇ ਵਿੱਚ ਕਿ ਰਵਾਇਤ ਕਹਿ ਲਓ ਆ ਮਜਬੂਰੀ ਕਹਿ ਲਓ ਮੈਂ ਸਮਝਦੀ ਆ ਕੁੜੀਆਂ ਦੀ ਮਜਬੂਰੀ ਵੀ ਹੈਗੀ ਐ ਕਿ ਜਦੋਂ ਕੋਈ ਵੀ ਕੰਪਲੇਂਟ ਕਰਦੇ ਨੇ ਜਿਹੜਾ ਪਹਿਲੀ ਵਾਰ ਸਾਡੇ ਕੋਲੇ ਜ਼ਿਆਦਾਤਰ ਕੰਪਲੇਂਟਸ ਆਉਂਦੀਆਂ ਨੇ ਉਹ ਇੱਕ ਕਿਸਮ ਦਾ ਉਹਨੂੰ ਜਿਹੜਾ ਰੂਪਰੇਖਾ ਉਹਦੀ ਹੁੰਦੀ ਆ ਉਹ ਹੁੰਦੀ ਆ ਕਿ ਡੋਰੀ ਨਾਲ ਸੰਬੰਧਿਤ ਤੇ ਮੈਨੂੰ ਦਹੇਜ ਵਾਸਤੇ ਤੰਗ ਕੀਤਾ ਹੈ ਨਾ ਉਹ ਚਾਹੇ ਪੁਲਿਸ ਕੋਲੇ ਵੀ ਕੰਪਲੇਨਟ ਜਾਵੇ ਉਹਦੀ ਰੂਪਰੇਖਾ ਕਿਉਂਕਿ ਕਈ ਵਕੀਲ ਵੀ ਵਿੱਚ ਸ਼ਾਮਲ ਹੁੰਦੇ ਨੇ ਕਿਉਂਕਿ ਜਦੋਂ ਵਕੀਲ ਕੋਲੇ ਕੇਸ ਪਹੁੰਚ ਗਿਆ ਮੈਂ ਹਾਲਾਂਕਿ ਮੈਂ ਖੁਦ ਵਕੀਲ ਆ ਮੇਰੇ ਕੋਲੇ ਇਸ ਤਰ੍ਹਾਂ ਦੇ ਕੇਸ ਮੈਂ ਜਦੋਂ ਵਕਾਲਤ ਕਰਦੀ ਰਹੀਆਂ ਇਹੋ ਜਿਹੇ ਆਉਂਦੇ ਰਹੇ ਨੇ ਤਾਂ ਉਹਨੇ ਇਸ ਪੁਆਇੰਟ ਆਫ 뷰 ਤੋਂ ਵਕੀਲ ਨੇ ਕੰਪਲੇਨਟ ਤਿਆਰ ਕਰਕੇ ਦੇਣੀ ਹੈ ਕਿ ਕੱਲ ਨੂੰ ਕੋਰਟ ਚ ਕੇਸ ਜਾਂਦਾ ਹੈ ਤਾਂ ਕੁੜੀ ਦੇ ਹੱਕ ਚ ਉਹ ਚੀਜ਼ ਹੋਵੇ 498 ਇਹਦੀ ਗੱਲ ਕਰ ਲਈ ਹੈ ਨਾ ਡੋਰੀ ਨਾਲ ਸੰਬੰਧਤ ਤੇ ਉਹ ਕੇਸ ਨੇ ਜਿਹੜੇ ਜੜ ਕਿਤੇ ਹੋਰ ਹੁੰਦੀ ਹੈ ਤੇ ਕਮਿਸ਼ਨ ਕਿਉਂਕਿ ਚਲੋ ਕਮਿਸ਼ਨ ਇਹ ਵੀ ਨਹੀਂ ਕਮਿਸ਼ਨ ਨੇ ਪਰਿਵਾਰ ਵਾਂਗੂ ਉਸ ਚੀਜ਼ ਨੂੰ ਡੀਲ ਕਰਨਾ ਹੁੰਦਾ ਤਾਂ ਸਾਨੂੰ ਫਿਰ ਉਹ ਜੜ ਤੱਕ ਪਹੁੰਚਣਾ ਪੈਣਾ ਹੈ ਕਿ ਇਹ ਡੋਰੀ ਕੇਸ ਹੀ ਹੈ ਜਾਂ ਕੋਈ ਅਦਰਵਾਈਜ਼ ਕੋਈ ਹੋਰ ਕੇਸ ਹੈ ਜੇਕਰ ਮੈਂ ਗੱਲ ਕਰਾਂ ਇੱਕ ਦੋ ਗੱਲਾਂ ਮੈਂ ਜ਼ਰੂਰ ਮਸਲਿਆਂ ਦੀ ਗੱਲ ਕਰੂੰ ਜਿਹੜੀ ਕਿ ਸਾਡੇ ਮਤਲਬ ਬੜੇ ਹੈਰਾਨੀ ਵਾਲੀ ਗੱਲ ਹੈ ਤਿੰਨ ਚਾਰ ਕੇਸ ਮੇਰੇ ਕੋਲ ਕਮਿਸ਼ਨ 'ਚ ਇਹੋ ਜਿਹੀ ਆਏ ਸੀ ਜਿੱਥੇ ਕੁੜੀ ਨੇ ਇਹ ਦੱਸਿਆ ਕਿ ਉਹਦੇ ਘਰ ਵਾਲੇ ਦੇ ਰੀਅਲ ਸਿਸਟਰ ਨਾਲ ਰਿਲੇਸ਼ਨ ਨੇ ਉਹਦੀਆਂ ਅੱਖਾਂ ਦੇ ਸਾਹਮਣੇ ਆਪਾਂ ਸੋਚ ਸਕਦੇ ਹਾਂ ਕਿ ਪੰਜਾਬੀ ਸਮਾਜ ਕਿੱਧਰ ਜਾ ਰਿਹਾ ਹੈ ਪਰ ਜਦੋਂ ਕੰਪਲੇਂਟ ਆਈ ਆ ਕੰਪਲੇਂਟ ਦਾ ਜਿਹੜਾ ਜਿਹੜੀ ਰੂਪਰੇਖਾ ਸੀ ਉਹ ਡੋਰੀ ਵਾਲੀ ਸੀ ਪਰ ਜਦੋਂ ਕੁੜੀ ਨਾਲ ਗੱਲ ਕੀਤੀ ਗਈ ਉਹਨਾਂ ਕੁੜੀਆਂ ਨਾਲ ਦੋ ਤਿੰਨ ਮਸਲੇ ਮੇਰੇ ਧਿਆਨ 'ਚ ਨੇ ਉਹ ਕੁੜੀਆਂ ਨਾਲ ਗੱਲ ਕੀਤੀ ਗਈ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਈਵਨ ਇੱਥੇ ਤੱਕ ਗੱਲ ਸੀ ਕਿ ਉਹਨਾਂ ਨੇ ਆਪਣੇ ਸੱਸ ਸਹੁਰੇ ਨੂੰ ਵੀ ਦੱਸਿਆ ਤੇ ਉਹਨਾਂ ਦੀ ਨੌਲੇਜ ਵੀ ਇਹ ਗੱਲਾਂ ਸੀ ਤੁਸੀਂ ਸੋਚ ਸਕਦੇ ਹੋ ਕਿ ਸਾਡੀ ਸੁਸਾਇਟੀ ਦੇ ਵਿੱਚ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਦੂਸਰਾ ਹੁਣ ਜਿਵੇਂ ਇੱਕ ਬੜਾ ਟ੍ਰੈਂਡ ਪੰਜਾਬ 'ਚ ਵੀ ਆ ਰਿਹਾ ਹੈ ਵੱਡੇ ਸ਼ਹਿਰਾਂ 'ਚ ਸੀ ਲਿਵਨ ਰਿਲੇਸ਼ਨਸ਼ਿਪ ਜੀ ਠੀਕ ਹੈ ਨਾ ਇਹ ਵੀ ਹੁਣ ਇੱਕ ਬੜਾ ਆਪਾਂ ਜੇ ਅਦਰਵਾਈਜ਼ ਆਪਾਂ ਪੰਜਾਬੀ ਰੌ ਰੀਤਾਂ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬੀ ਰੌ ਰੀਤਾਂ ਦੇ ਵਿੱਚ ਆ ਹਿੰਦੂਸਤਾਨੀ ਰੌ ਰੀਤਾਂ ਆਪਾਂ ਗੱਲ ਕਰ ਲਈ ਇੰਡੀਅਨ ਕਲਚਰ ਹੈ ਉਹਦੇ ਚ ਇਹ ਚੀਜ਼ ਹੈ ਨਹੀਂ ਹੋ ਸਕਦਾ ਇਸ ਗੱਲ ਦਾ ਮੈਨੂੰ ਮੈਨੂੰ ਟਰੋਲ ਵੀ ਕੀਤਾ ਜਾਵੇ ਪਰ ਜਿਹੜੀ ਗੱਲ ਹੈ ਅਸਲੀਅਤ ਕਿਉਂਕਿ ਜਿਹੜੇ ਟਰੋਲ ਕਰਨਗੇ ਹੂੰ ਉਹ ਜੇਕਰ ਇਹ ਚੀਜ਼ ਉਹਨਾਂ ਦੇ ਪਰਿਵਾਰ 'ਚ ਹੋਵੇ ਤਾਂ ਸ਼ਾਇਦ ਉਹ ਬਰਦਾਸ਼ਤ ਨਹੀਂ ਕਰਨਗੇ ਪਰ ਹਾਂ ਇਸ ਗੱਲ ਤੇ ਫਿਰ ਆਧੁਨਿਕਤਾ ਦਾ ਉਹ ਕਰਕੇ ਸ਼ਾਇਦ ਟ੍ਰੋਲਿੰਗ ਵੀ ਹੋਵੇ ਪਰ ਚਲੋ ਉਸ ਗੱਲ ਦੀ ਪਰਵਾਹ ਨਹੀਂ ਕਿਉਂਕਿ ਜੇ ਆਪਾਂ ਨੂੰ ਸਮਾਜ 'ਚ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਸਮੱਸਿਆਵਾਂ ਦਾ ਵੀ ਬਹੁਤ ਵੱਡਾ ਰੋਲ ਹੈ ਤੇ ਇਹ ਜਿਹੜੀ ਗਿਣਤੀ ਹੈ ਕੇਸਿਸ ਦੀ ਵੱਧ ਰਹੀ ਹੈ ਔਰ ਸਾਨੂੰ ਸਮਾਜ ਨੂੰ ਇਸ ਦੇ ਬਾਰੇ 'ਚ ਠੀਕ ਹੈ ਕਾਨੂੰਨ ਬਣ ਰਹੇ ਨੇ ਕਾਨੂੰਨ ਨੇ ਜਿਹੜੇ ਸਮੇਂ ਦੇ ਨਾਲ ਬਦਲਨੇ ਵੀ ਚਾਹੀਦੇ ਨੇ ਪਰ ਉਹਦੇ ਨਾਲ ਜੁੜੀਆਂ ਸਮੱਸਿਆਵਾਂ ਤੇ ਵੀ ਸਾਨੂੰ ਧਿਆਨ ਦੇਣਾ ਪੈਣਾ ਹੈ ਹੁਣ ਜੇਕਰ ਆਪਾਂ live in a relationship ਦੇ ਕਿਸਾਂ ਦੀ ਗੱਲ ਕਰਾਂ ਤਾਂ ਹੁਣ ਪਿਛਲੇ 1 2 ਮਹੀਨੇ ਦੇ ਵਿੱਚ ਹੀ ਆਪਾਂ ਦੇਖ ਰਹੇ ਨੇ ਕਿੰਨੇ ਕੇਸ ਨੇ ਦਿੱਲੀ ਦੇ ਵਿੱਚ ਜਿਵੇਂ ਟੁਕੜੇ ਟੁਕੜੇ ਕਰਕੇ ਚਾਹੇ ਉਹ ਨਿੱਕੀ ਯਾਦਵ ਦਾ ਕੇਸ ਹੋਇਆ ਉਸ ਤੋਂ ਪਹਿਲਾਂ ਉਹ ਲੜਕੀ ਜਿਹੜੀ ਪੋਂਬੇ ਵਾਲੀ ਮਾਰੀ ਗਈ ਹੈ ਉਸ ਤੋਂ ਬਾਅਦ ਵੀ ਇੱਕ ਦੋ ਕੇਸਿਸ ਹੋਏ ਨੇ ਤਾਂ ਉਹ ਸਾਰਿਆਂ 'ਚ live in a relationship ਦੀ ਗੱਲ ਸੀ ਜ਼ਿੰਮੇਵਾਰੀ ਨਹੀਂ ਕਿਉਂਕਿ ਇਹ ਤਾਂ ਫਿਰ ਪੱਕੇ ਤੌਰ ਤੇ ਕਾਨੂੰਨੀ ਤੌਰ ਤੇ ਇਹਨੂੰ ਇੱਕ ਰੂਪ ਦੇ ਦਿੱਤਾ ਜਾਵੇ ਜਿੱਥੇ ਮੁੰਡੇ ਕੁੜੀ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਫਿਕਸ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਜਿਵੇਂ ਪਤੀ ਪਤਨੀ ਦਾ ਰਿਸ਼ਤਾ ਹੈ ਜਿਹੜਾ Hindu Marriage Act ਹੈ ਹੋਰ ਕਾਨੂੰਨ ਇਹਨਾਂ ਨਾਲ ਰਿਲੇਟਡ ਉੱਥੇ ਕੁੜੀ ਦੇ ਆ ਮੁੰਡੇ ਦੇ ਜਿਹੜੇ ਜਿਹੜੇ ਰਾਈਟਸ ਨੇ ਪ੍ਰੋਟੈਕਟ ਨੇ ਪਰ ਲਿਵਨ ਰਿਲੇਸ਼ਨਸ਼ਿਪ ਇੱਕ ਕਹਿ लो ਵੀ ਅਥਰਾ ਘੋੜਾ ਹੈ ਠੀਕ ਹੈ ਜਿਹਨੂੰ ਕਿਤੇ ਹਲੇ ਨੱਥ ਨਹੀਂ ਪਈ ਪਰ ਕੁੜੀਆਂ ਨੂੰ ਬਹੁਤ ਜ਼ਿਆਦਾ ਇਹ ਚੀਜ਼ਾਂ ਕੁੜੀਆਂ ਨੂੰ ਹੀ ਸਹਿਣ ਕਰਨੀਆਂ ਪੈ ਰਹੀਆਂ ਨੇ ਤੁਸੀਂ ਆਪਾਂ ਹੁਣ ਪੜ੍ਹਿਆ ਹੀ ਅਖਬਾਰਾਂ 'ਚ 35 35 40 40 ਟੁਕੜੇ ਕਰਕੇ ਫ੍ਰੀਜਾਂ 'ਚ ਰੱਖ ਕੇ ਕੁੜੀਆਂ ਨੂੰ ਕਿਉਂਕਿ ਪੇਰੈਂਟਸ ਨਾਲ ਵੀ ਉਹਨਾਂ ਲਿੰਕ ਨਹੀਂ ਹੁੰਦਾ ਸੋ ਇਹ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਮੇਰੇ ਖਿਆਲ 'ਚ ਕਮਿਸ਼ਨਾਂ ਨੂੰ ਵੀ ਧਿਆਨ ਦੇਣਾ ਪੈਣਾ ਹੈ ਹੁਣ ਕਿ ਜਿਹੜੇ ਨਵੀਆਂ ਚੀਜ਼ਾਂ ਆਧੁਨਿਕਤਾ ਦਾ ਰੂਪ ਲੈ ਕੇ ਪੈਦਾ ਹੋ ਰਹੀਆਂ ਨੇ ਸਮੱਸਿਆਵਾਂ ਜਿੱਥੇ ਔਰਤ ਨੂੰ ਅਜੀਬ ਤਰੀਕੇ ਦੇ ਨਾਲ ਹੁਣ ਵਿਕਟਮ ਬਣਾਇਆ ਜਾ ਰਿਹਾ ਉੱਥੇ ਉਹਨਾਂ ਚੀਜ਼ਾਂ ਦੀ ਉਹਨਾਂ ਸਮੱਸਿਆਵਾਂ ਦਾ ਹੱਲ ਕਿਵੇਂ ਕਰਨਾ ਹੈ ਸਾਨੂੰ ਉਹਨਾਂ ਵੱਲ ਵੀ ਮੇਰੇ ਖਿਆਲ ਚ ਗੌਰ ਕਰਨੀ ਪੈਣੀ ਆ ਉਹਨਾਂ ਨਾਲ ਰਿਲੇਟਿਡ ਕਾਨੂੰਨ ਬਣਾਉਣ ਵਾਸਤੇ ਸਰਕਾਰਾਂ ਨੂੰ ਲਿਖਣਾ ਪੈਣਾ ਆਪਣੀਆਂ ਸਪਾਰਸ਼ਾਂ ਕਰਨੀਆਂ ਚਾਹੀਦੀਆਂ ਪਰ ਮੇਰੇ ਖਿਆਲ ਚ ਹਲੇ ਬਹੁਤਾ ਕੰਮ ਹੈ ਇਸ ਪੱਖ ਤੋਂ ਹੋ ਨਹੀਂ ਰਿਹਾ ਮੈਮ ਤੁਸੀਂ ਨਜਾਇਜ਼ ਰਿਸ਼ਤਿਆਂ ਦੀ ਗੱਲ ਕੀਤੀ ਕਿੰਨੇ ਕ ਕੇਸ ਤੁਹਾਡੇ ਕੋਲ ਅਜੇ ਆਉਂਦੇ ਸੀ ਕਿ ਆ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਇਹ ਸਮੱਸਿਆ ਕਾਫੀ ਵੱਡੀ ਹੋ ਰਹੀ ਹੈ ਕਿ ਇਸ ਵਜ੍ਹਾ ਕਰਕੇ ਨਜਾਇਜ਼ ਰਿਸ਼ਤੇ ਕਰਕੇ ਘਰ ਟੁੱਟ ਰਹੇ ਨੇ ਉਹ ਕਾਫੀ ਜ਼ਿਆਦਾ ਨਹੀਂ ਕਾਫੀ ਮੈਕਸਿਮਮ ਕੇਸਿਸ ਵੀ ਐਵੇਂ ਦੇ ਆਪਾਂ ਕਹਿ ਸਕਦੇ ਨੇ ਤੇ ਉਹਨਾਂ ਦਾ ਮੈਂ ਇੱਕ ਚੀਜ਼ ਜ਼ਰੂਰ ਮੈਂ ਉਦੋਂ ਵੀ ਇਹ ਕਈ ਪਲੇਟਫਾਰਮਸ ਤੇ ਮੈਂ ਗੱਲ ਕਰਦੀ ਸੀ ਜਦੋਂ ਮੈਂ ਕਮਿਸ਼ਨ 'ਚ ਸੀ ਕਿ ਕਿਤੇ ਨਾ ਕਿਤੇ ਜਦੋਂ ਇੱਕ ਰਿਸ਼ਤੇ 'ਚ ਪਤੀ-ਪਤਨੀ ਦੇ ਰਿਸ਼ਤੇ 'ਚ ਦਰਾੜ ਪੈ ਗਈ ਹੂੰ ਉਹ ਕਈ ਮਸਲੇ ਐਵੇਂ ਦੇ ਹੁੰਦੇ ਨੇ ਜਿੱਥੇ ਮਤਲਬ ਹੱਲ ਹੋਣ ਦੀ ਜਿਹੜੀ ਗੁંજائش ਉਹ ਘੱਟ ਹੁੰਦੀ ਹੈ ਪਰ ਫਿਰ ਕਾਨੂੰਨ ਐਵੇਂ ਦੇ ਨੇ ਸਾਡੇ ਜਿਵੇਂ ਆਪਾਂ ਡਾਈਵੋਰਸ ਲਾਅ ਹੀ ਲਾ ਲਈਏ ਉਹ ਬੜਾ ਮਤਲਬ ਉਹਦੇ ਚ ਲਿੰਗਰੋਨ ਕਰਨ ਦਾ ਬਹੁਤ ਬਹੁਤ ਵੱਡੀ ਗੁંજائش ਹੁੰਦੀ ਹੈ ਉਹਦੇ ਚ ਹੁੰਦਾ ਕੀ ਹੈ ਕਿ ਕੁੜੀਆਂ ਵੀ ਤੇ ਮੁੰਡੇ ਖਾਸ ਕਰਕੇ ਜ਼ਿਆਦਾ ਹੈ ਨਾ ਜਿਹੜਾ ਪਤੀ ਦੇ ਰੋਲ ਦੇ ਵਿੱਚ ਮੁੰਡਾ ਹੁੰਦਾ ਹੈ ਉਹ ਫਿਰ ਕਿਉਂਕਿ ਉਹਨੂੰ ਹੁੰਦਾ ਹੈ ਕਿ ਅਦਰੋਂ ਘਰ ਵਾਲੀ ਨਾਲ ਰਿਲੇਸ਼ਨ ਖਰਾਬ ਹੋ ਗਏ ਉਹ ਆਪਣੇ ਪੇਕੇ ਵੜ ਗਈਆ ਕੋਰਟ ਦੇ ਵਿੱਚ ਕੇਸ ਚਲੇ ਗਿਆ ਉਹ ਤੋਂ ਬਾਅਦ ਫਿਰ ਨਜਾਇਜ਼ ਸਬੰਧ ਬਣਦੇ ਨੇ ਤੇ ਕਈ ਵਾਰਾਂ ਉਹ ਚੀਜ਼ਾਂ ਅੱਗੇ ਤੱਕ ਜਾ ਕੇ ਉਹ ਕਤਲੋਗਾਰਤ ਤੱਕ ਵੀ ਪਹੁੰਚਦੀਆਂ ਨੇ ਇਹਨਾਂ ਰਿਸ਼ਤਿਆਂ 'ਚ ਫਿਰ ਹੋਰ ਤਰ੍ਹਾਂ ਦੇ ਜਿਹੜੇ ਜਿਹੜਾ ਜ਼ੁਰਮ ਹੈ ਉਹ ਨਿਕਲਦਾ ਹੈ ਸੋ ਮੇਰੇ ਖਿਆਲ 'ਚ ਸਾਨੂੰ ਇੱਕ ਵਾਰਾਂ ਫੇਰ ਮੁੜ ਕੇ ਜਿਹੜਾ ਹਿੰਦੂ ਮੈਰਿਜ ਐਕਟ ਹੈ ਆ ਜਿਹੜੇ ਲਾਅ ਰਿਲੇਟਿਡ ਜਿਹੜੇ ਮੈਰਿਜ ਰਿਲੇਟਿਡ ਲਾਅ ਨੇ ਉਹਨਾਂ 'ਤੇ ਵੀ ਸਾਨੂੰ ਹੋਂ ਦੇ ਸਮੇਂ ਦੇ ਮੁਤਾਬਕ ਸਾਨੂੰ ਪੁਨਰ ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਇਹ ਚੀਜ਼ਾਂ ਸਾਡੇ ਸਮਾਜ ਚ ਬਹੁਤ ਵੱਧ ਰਹੀਆਂ ਨੇ ਕਿਉਂਕਿ ਇਹ ਕਹਿ ਸਕਦੇ ਆ ਕਿ ਜਿਉਂ ਜਿਉਂ ਸਮਾਜ ਤਰੱਕੀ ਵੱਲ ਨੂੰ ਵੱਧਦਾ ਹੈ ਲੋਕਾਂ ਦਾ ਐਕਸਪੋਜ਼ਰ ਹੁੰਦਾ ਹੈ ਕੁੜੀਆਂ ਦਾ ਜਾਂ ਮੁੰਡਿਆਂ ਦਾ ਤਾਂ ਇਸ ਤਰ੍ਹਾਂ ਦੇ ਰਿਲੇਸ਼ਨ ਬਣਦੇ ਨੇ ਤੇ ਪਰ ਕਾਨੂੰਨ ਹਲੇ ਉਸ ਤਰ੍ਹਾਂ ਨੂੰ ਕਾਨੂੰਨ ਪੁਰਾਣੇ ਹੀ ਨੇ ਇਹਨਾਂ ਚੀਜ਼ਾਂ ਨੂੰ ਡੀਲ ਕਰਨ ਵਾਸਤੇ ਕਾਨੂੰਨ ਪੁਰਾਣੇ ਹੀ ਨੇ ਤੇ ਹਲੇ ਸਮਾਜਿਕ ਸੋਚ ਵੀ ਪੁਰਾਣੀ ਹੀ ਕਹ ਲਓ ਸੋ ਸਮਾਜਿਕ ਸੋਚ ਨੂੰ ਚੇਂਜ ਕਰਨ ਨੂੰ ਵੀ ਟਾਈਮ ਲੱਗਣਾ ਪਰ ਕਾਨੂੰਨ ਆਪਾਂ ਨੂੰ ਟਾਈਮ ਦੇ ਮੁਤਾਬਕ ਮੇਰੇ ਖਿਆਲ ਚ ਸਾਨੂੰ ਕਾਨੂੰਨ ਨੂੰ ਆਪਣੇ ਆਪ ਨੂੰ ਰੀਡਫਾਈਂਡ ਕਰਨ ਦੀ ਲੋੜ ਹੈ ਸੋ ਇਹ ਵੀ ਮੇਰੇ ਖਿਆਲ ਚ ਕਮਿਸ਼ਨਾਂ ਨੂੰ ਇਹ ਚੀਜ਼ ਰეკਮੈਂਡ ਕਰਨੀ ਚਾਹੀਦੀ ਹੈ ਕਿ ਇਹਨਾਂ ਨੂੰ ਪੁਨਰ ਵਿਚਾਰ ਕੀਤਾ ਜਾਵੇ ਆਪਣੀਆਂ ਰეკਮੈਂਡੇਸ਼ਨਸ ਉਹਨਾਂ ਨੂੰ ਦੇਣੀਆਂ ਚਾਹੀਦੀਆਂ ਨੇ ਮੈਮ ਜੀ ਇਹ ਸਾਬਤ ਹੋ ਗਿਆ ਕਿ ਜਿਹੜਾ ਕੇਸ ਔਰਤ ਕਮਿਸ਼ਨ ਕੋਲ ਆਇਆ ਉਹ ਕੁੜੀ ਦੇ ਪਰਿਵਾਰ ਵੱਲੋਂ ਜਾਂ ਕੁੜੀ ਵੱਲੋਂ ਉਹ ਗਲਤ ਹੈ ਉਹਨਾਂ ਨੇ ਜੋ ਵੀ ਇਲਜ਼ਾਮ ਲਾਇਆ ਗਲਤ ਨਹੀਂ ਤਾਂ ਉੱਥੇ ਔਰਤ ਕਮਿਸ਼ਨ ਕੀ ਕਾਰਵਾਈ ਕਰਦਾ ਹੈ ਦੇਖੋ ਉੱਥੇ ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕਮਿਸ਼ਨ ਦੇ ਕੋਲੇ ਨੂੰ ਉੰਨਾ ਜ਼ਿਆਦਾ ਪਾਵਰਫੁੱਲ ਨਹੀਂ ਬਣਾਇਆ ਗਿਆ ਹਮ ਇੱਕ ਟੂਥਲੈਸ ਕਹਿ ਸਕਦੇ ਆ ਕਿ ਹੈ ਉਹ ਅੱਗੇ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਜੋ ਪਰਸਨੈਲਿਟੀ ਉੱਥੇ ਬੈਠੀ ਹੈ ਕਿੰਨੇ ਕੁ ਪ੍ਰਭਾਵ ਦੇ ਨਾਲ ਉਹ ਕੰਮ ਕਰਵਾ ਸਕਦੀ ਹੈ ਠੀਕ ਹੈ ਤਾਂ ਮੇਰੇ ਖਿਆਲ ਚ ਕਾਫੀ ਜ਼ਿਆਦਾ ਇੱਥੇ ਵੀ ਕੰਮ ਕਰਨ ਦੀ ਲੋੜ ਹੈਗੀ ਐ ਜੇਕਰ ਝੂਠ ਬਹੁਤ ਕੇਸ ਨੇ ਜਿਹੜੇ ਝੂਠ ਸਾਬਤ ਹੁੰਦੇ ਨੇ ਜਿੱਥੇ ਬਹੁਤ ਸਾਰੇ ਕੇਸਿਸ ਅਜਿਹੇ ਵੀ ਸਾਡੇ ਕੋਲੇ ਆਏ ਸੀ ਜਿੱਥੇ ਬਾਅਦ ਚ ਇਹ ਲੱਗਦਾ ਸੀ ਕਿ ਕਿਤੇ ਨਾ ਕਿਤੇ ਕੁੜੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕੁਝ ਕੇਸਿਸ ਤਾਂ ਕਿਤੇ ਨਾ ਕਿਤੇ ਤਾਂ ਚਲੋ ਇਹ ਹੁੰਦਾ ਕਿ ਇੱਕ ਲੜਕੀ ਦੇ ਦੇ ਫਿਊਚਰ ਨੂੰ ਦੇਖ ਕੇ ਗੰਦ ਨੂੰ ਠੱਪ ਕਰਨਾ ਬੰਦਾ ਨੂੰ ਸਮਝਾ ਬੁਝਾ ਕੇ ਪਰ ਕਈ ਥਾਂ ਪੁਲਿਸ ਨੂੰ ਵੀ ਲਿਖਣਾ ਪੈਂਦਾ ਕਿ ਇੱਥੇ ਇਹ ਚੀਜ਼ ਗਲਤ ਹੋ ਰਹੀ ਹੈ ਤੁਸੀਂ ਬਣਦੀ ਕਾਰਵਾਈ ਇੱਥੇ ਕਰੋ ਤੇ ਕਮਿਸ਼ਨ ਕੋਲੇ ਆਪ ਕੋਲੇ ਕੋਈ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਹੈਗਾ ਜਿੱਦੀ ਅਸੀਂ ਡਿਮਾਂਡ ਵੀ ਕਰਦੇ ਰਹੇ ਹਾਂ ਕਿ ਇਸ ਤਰ੍ਹਾਂ ਦਾ ਕੁਝ ਹੋਣਾ ਚਾਹੀਦਾ ਕਿ ਜਿੱਥੇ ਝੂਠੀਆਂ ਕੰਪਲੇਂਟਸ ਕਰਨ ਵਾਲਿਆਂ ਨੂੰ ਵੀ ਥੋੜਾ ਜਿਹਾ ਸਬਕ ਮਿਲਣਾ ਚਾਹੀਦਾ ਕਿਉਂਕਿ ਉਹਦੇ ਨਾਲ ਇੱਕ ਤਾਂ ਕਮਿਸ਼ਨ ਦਾ ਸਮਝ ਆਇਆ ਹੋਣ ਤੋਂ ਵੀ ਬਚਦਾ ਤੇ ਦੂਸਰਾ ਉਹੀ ਜਿਹੜੀ એનર્ਜੀ ਝੂਠੇ ਕੇਸਾਂ ਨੂੰ ਸੁਣਨ ਵਾਸਤੇ ਸੁਣਵਾਈ ਵਾਸਤੇ ਕਮਿਸ਼ਨ ਦੀ એનર્ਜੀ 베ਸਡ ਹੁੰਦੀ ਹੈ ਉਹ એનર્ਜੀ ਨੂੰ ਆਪਾਂ ਕਿਸੇ ਹੋਰ ਚੰਗੇ ਪਾਸੇ ਵੀ ਲਾ ਸਕਦੇ ਹਾਂ ਸੋ ਉਹਨਾਂ ਕਮਿਸ਼ਨ ਦੇ ਹੱਥ 'ਚ ਉਹਨਾਂ ਕੁਝ ਨਹੀਂ ਕਿ ਜੇਕਰ ਕੋਈ ਝੂਠੀ ਕੰਪਲੇਂਟ ਆਉਂਦੀ ਹੈ ਉਹਦੇ ਖਿਲਾਫ ਹੋ ਸਕਿਆ ਹਾਂ ਪੁਲਿਸ ਨੂੰ ਰეკਮੈਂਡ ਕਰ ਸਕਦੀ ਹੈ ਕਮਿਸ਼ਨ ਨੇ ਜਿਹੜੀ ਮੈਮ ਤੁਹਾਨੂੰ ਕੀ ਲੱਗਦਾ ਹੈ ਕਿ ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਫਿਰ ਵੀ ਔਰਤਾਂ ਦੀ ਸਥਿਤੀ ਕਿਡਨੀ ਹੈ ਉਹ ਮਤਲਬ ਕਿ ਉਹ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ ਨਹੀਂ ਪੋਜ਼ਿਟਿਵ 네ਗੇਟਿਵ ਤਾਂ ਮੈਂ ਸਮਝਦੀ ਆ ਕਿ ਹੁਣ ਜੇਕਰ ਆਪਾਂ ਕੇਸਾਂ ਦੀ ਗਿਣਤੀ ਦੀ ਗੱਲ ਕਰ ਲਈਏ ਨਾ ਤਾਂ ਪਹਿਲੇਆਂ ਸਾਲਾਂ ਨਾਲੋਂ ਹਰ ਸਾਲ ਗਿਣਤੀ ਹੈ ਜਿਹੜੀ ਉਹ ਵੱਧਦੀ ਦਿਖਦੀ ਹੈ ਹੈਨਾ ਉਹਦੇ ਕਾਰਨ ਕਈ ਥਾਂ ਇਹੀ ਹੋ ਗਿਆ ਕਿ ਇੱਕ ਤਾਂ ਇਹ ਹੋ ਗਿਆ ਕਿ ਰਜਿਸਟ੍ਰੇਸ਼ਨ ਆਫ ਕੰਪਲੇਂਟਸ ਹੈ ਜਿਹੜੀ ਆ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਉਹ ਅਵੇ ਕਿਉਂਕਿ ਲੜਕੀਆਂ ਅਵੇਅਰ ਹੋ ਗਈਆਂ ਲੜਕੀਆਂ ਦੇ ਪਰਿਵਾਰ ਅਵੇਅਰ ਹੋ ਗਏ ਉਹ ਗਿਣਤੀ ਵੀ ਵੱਧਦੀ ਹੈ ਕਿਉਂਕਿ ਪਹਿਲਾਂ ਜ਼ਿਆਦਾਤਰ ਇਹ ਹੁੰਦਾ ਸੀ ਕਿ ਜਿਵੇਂ ਹੁਣ ਘਰੇਲੂ ਹਿੰਸਾ ਦੀ ਉਹ ਗੱਲ ਕਰ ਲਈਏ ਪਹਿਲਾਂ ਕਈ ਵਾਰਾਂ ਵੱਡੀਆਂ-ਵੱਡੀਆਂ ਵੱਡੇ ਵਾਰਦਾਤਾਂ ਵੀ ਹੋ ਜਾਂਦੀਆਂ ਸੀ ਪਰ ਆਮ ਤੌਰ ਤੇ ਕੁੜੀ ਦੇ ਪਰਿਵਾਰ ਨੂੰ ਕਿ ਕੁੜੀ ਦਾ ਪਰਿਵਾਰ ਵਸਿਆ ਰਹੇ ਇਹਨੂੰ ਬਸਾਉਣ ਦੇ ਕਰਕੇ ਬਹੁਤ ਸਾਰੀਆਂ ਚੀਜ਼ਾਂ ਪਰਿਵਾਰ ਵੀ ਤੇ ਲੜਕੀਆਂ ਵੀ ਇਗਨੋਰ ਕਰ ਦਿੰਦੀਆਂ ਸੀ ਹੁਣ ਲੜਕੀਆਂ ਪੜੀਆਂ ਲਿਖੀਆਂ ਹੋਊਗੀਆਂ ਉਹਨਾਂ ਨੂੰ ਲੱਗਦਾ ਹੈ ਕਿ ਅ ਅਸੀਂ ਹੀ ਕਿਉਂ ਇਸ ਗੱਲ ਨੂੰ ਸਹੀ ਹੈ ਹੈਨਾ ਜਿਵੇਂ ਪਹਿਲਾਂ ਆਮ ਹੁੰਦਾ ਸੀ ਕਿ ਮਾਰਕੁਟਾਈ ਹੈ ਜਿਹੜੀ ਛੋਟੀ ਛੋਟੀ ਗੱਲ ਤੋਂ ਦਾਲ ਚ ਨਮਕ ਘੱਟ ਹੋ ਗਿਆ ਸਬਜੀ ਠੀਕ ਨਹੀਂ ਬਣੀ ਰੋਟੀ ਪੁੱਠੀ ਸਿੱਧੀ ਬਣ ਗਈ ਤਾਂ ਆਮ ਹੁੰਦਾ ਸੀ ਕਿ ਘਰਦਿਆਂ ਨੇ ਸੱਸ ਸਹੁਰੇ ਨੇ ਵੀ ਤੇ ਉਹਨੇ ਮਾਰਕੁਟਾਈ ਕਰਦੇ ਸੀ ਤੇ ਹੁਣ ਲੜਕਿਆਂ ਜ਼ਰੂਰ ਹੈ ਕਿ ਉਹ ਵੇਅਰ ਹੋ ਗਏ ਆ ਔਰ ਚੰਗੀ ਗੱਲ ਵੀ ਹੈ ਕਿ ਜੇਕਰ ਕੋਈ ਅਜਿਹੀ ਅਜਿਹੀ ਗੱਲ ਹੁੰਦੀ ਹੈ ਤਾਂ ਉਹ ਸਬੰਧਤ ਚਾਹੇ ਕਮਿਸ਼ਨ ਦੀ ਗੱਲ ਕਰ ਲਈਏ ਚਾਹੇ ਪੁਲਿਸ ਉਹਨੂੰ ਅਪਰੋਚ ਕਰਦੀ ਹੈ ਤੇ ਮਾਰਕੁਟਾਈ ਔਰ ਹੋਣੀ ਵੀ ਨਹੀਂ ਚਾਹੀਦੀ ਕਿਉਂਕਿ ਇੱਕ ਔਰਤ ਨੂੰ ਆਮ ਤੌਰ ਤੇ ਸੈਕੰਡ ਦਰਜੇ ਦਾ ਸ਼ਹਿਰੀ ਹੀ ਮੰਨਿਆ ਗਿਆ ਕਿ ਜਿਵੇਂ ਜਾਨਵਰਾਂ ਨੂੰ ਜੇਕਰ ਕੋਈ ਜਾਨਵਰ ਕੋਈ ਦੁੱਧ ਦੇਣ 'ਚ ਕਮੀ ਆ ਮੰਨ ਲਓ ਕਿਤੇ ਹੋਰ ਉਹਦੀ ਮਾਰਕੁਟਾਈ ਕਰਦੇ ਆਵੇਂ ਔਰਤ ਵੀ ਜੇਕਰ ਕਿਤੇ ਆਪਣੀ ਅੰਗੈਲੀ ਕਰਦੀ ਹੈ ਤਾਂ ਉਹਨੂੰ ਮਾਰਕੁਟਾਈ ਕਰਕੇ ਉਹ ਕੰਮ ਕਰਵਾਇਆ ਜਾਊਗਾ ਪਰ ਹੁਣ ਥੋੜਾ ਜਿਹਾ ਸਥਿਤੀਆਂ ਇਸ ਤਰ੍ਹਾਂ ਤਾਂ ਹੈਗੀਆਂ ਕਿ ਔਰਤ ਤੇ ਮਰਦ ਨੂੰ ਭਾਵੇਂ ਹਲੇ ਕਾਨੂੰਨੀ ਤੌਰ ਤੇ ਆ ਸਮਾਜਿਕ ਤੌਰ ਤੇ ਹਲੇ ਉਨੀ ਬਰਾਬਰਤਾ ਨਹੀਂ ਮਿਲੀ ਪਰ ਔਰਤ ਆਪਣੇ ਆਪ ਨੂੰ ਬਰਾਬਰ ਸਮਝਣ ਲੱਗ ਗਈ ਜੇਕਰ ਉਹਦੇ ਨਾਲ ਤਾਂ ਕਾਨੂੰਨ ਦਾ ਤਾਂ ਆਵਾਜ਼ ਬਦਲੰਦ ਕਰਦੀ ਹੈ ਪਰ ਫਿਰ ਵੀ ਬਹੁਤ ਸਾਰੀਆਂ ਔਰਤਾਂ ਦੇ ਹਲੇ ਪਿੰਡਾਂ ਚ ਜਿਵੇਂ ਹੈਗੀਆਂ ਇਹ ਗਰੀਬ ਤਬਕੇ ਦੀਆਂ ਔਰਤਾਂ ਨੇ ਜਿਹੜੀਆਂ ਨਹੀਂ ਅਪਰੋਚ ਕਰਦੀਆਂ ਹਲੇ ਵੀ ਧੱਕਾ ਹੁੰਦਾ ਸੋ ਇਹ ਨਹੀਂ ਕਹਿ ਸਕਦੇ ਕਿ ਇਹ ਜ਼ੁਰਮ ਵਧਿਆ ਹੈ ਘਟਿਆ ਇਹ ਚੱਲ ਰਿਹਾ ਹੈ ਹਲੇ ਔਰ ਮੈਨੂੰ ਲੱਗਦਾ ਹੈ ਇਹ ਹਲੇ ਕਾਨੂੰਨ ਵੀ ਭਾਵੇਂ ਬਣ ਜਾਣ ਪਰ ਔਰਤਾਂ ਨੂੰ ਖੁਦ ਹੀ ਮੇਰੇ ਖਿਆਲ ਚ ਆਪ ਹੀ ਅਵੇਅਰ ਹੋਣ ਦੀ ਲੋੜ ਹੈ ਤੇ ਆਪਣੇ ਖਿਲਾਫ ਕੋਈ ਧੱਕਾ ਹੁੰਦਾ ਹੈ ਉਹਨੂੰ ਜੇਕਰ ਰੋਕਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਚੀਜ਼ ਐ ਰਜਿਸਟਰਡ ਹੋਊਗੀ ਤਾਂ ਲੱਗਦਾ ਹੈ ਕਿ ਜ਼ੁਰਮ ਵੱਧ ਰਿਹਾ ਹੈ। ਹਮ ਮੈਮ ਤੁਸੀਂ ਬਤੌਰ ਚੇਅਰਪਰਸਨ ਵੀ ਕੰਮ ਕੀਤਾ ਤੁਸੀਂ ਇੱਕ ਵਕੀਲ ਵੀ ਹੋ। ਇੱਕ ਮਾਂ ਇੱਕ ਧੀ ਭੈਣ ਹੋਣ ਦੇ ਨਾਤੇ ਅਖੀਰ 'ਚ ਕੀ ਕਰਨਾ ਚਾਹੋਗੇ ਸਾਰੀਆਂ ਬੀਬੀਆਂ ਨੂੰ? ਦੇਖੋ ਸਭ ਤੋਂ ਪਹਿਲਾਂ ਤਾਂ ਕਿਉਂਕਿ 8 ਮਾਰਚ ਨੂੰ ਅ ਵਰਲਡ ਲੈਵਲ ਤੇ ਇਹ ਦਿਵਸ ਮਨਾਇਆ ਜਾਂਦਾ ਹੈ ਦਿਵਸ ਮਨਾਣ ਦੇ ਇੱਕ ਕਾਰਨ ਹੁੰਦੇ ਨੇ ਕਿ ਕਿਤੇ ਨਾ ਕਿਤੇ ਜਿੱਥੇ ਕੋਈ ਕੋਈ ਘਾਟਵਾਦ ਰਹੀ ਹੋਈ ਆ ਕਿਸੇ ਸਮਾਜ ਦੇ ਤਬਕੇ ਦੀ ਤਾਂ ਉਹ ਉਸ ਚੀਜ਼ ਤੇ ਵਿਚਾਰਾਂ ਵੀ ਹੋਣ ਤੇ ਉਹਨਾਂ ਚੀਜ਼ਾਂ ਘਾਟਵਾਦਾਂ ਨੂੰ ਦੂਰ ਕਰਨ ਵਾਸਤੇ ਕੀ ਹੋ ਸਕਦਾ ਸਰਕਾਰਾਂ ਵੱਲੋਂ ਜਾਂ ਸੰਸਥਾਵਾਂ ਵੱਲੋਂ ਇਸ ਤੇ ਵਿਚਾਰਾ ਹੁੰਦੀਆਂ ਨੇ ਤੇ ਉਹਨਾਂ ਵਿਚਾਰਾਂ ਨੂੰ ਅਮਲੀ ਰੂਪ ਦੇ ਵਿੱਚ ਵੀ ਜਾਂਮਾ ਪਹਿਨਾਇਆ ਜਾਂਦਾ ਜਿਵੇਂ ਕਿ ਅੱਜ ਆਪਾਂ ਔਰਤਾਂ ਨਾਲ ਸੰਬੰਧਿਤ ਬਹੁਤ ਸਾਰੇ ਕਾਨੂੰਨ ਨੇ ਚਾਹੇ ਉਹ ਡੋਮੈਸਟਿਕ ਵਾਇਲੈਂਸ ਦੇ ਅਗੇਂਸਟ ਕਾਨੂੰਨ ਬਣਿਆ ਚਾਹੇ ਸੈਕਸ਼ੂਅਲ ਹੇਰਸਮੈਂਟ ਐਟ ਵਰਕਪਲੇਸ ਆ ਹੋਰ ਬਹੁਤ ਸਾਰੇ ਰਿਲੇਟਿਡ ਲਾਅ ਨੇ ਜਿਹੜੇ ਔਰਤਾਂ ਨਾਲ ਸੰਬੰਧਿਤ ਉਹ ਮੈਂ ਸਮਝਦੀ ਆ ਕਿ ਬਹੁਤ ਵੱਡਾ ਰੋਲ ਮਹਿਲਾ ਦਿਵਸ ਦੇ ਵਿੱਚੋਂ ਨਿਕਲਿਆ ਹੋਇਆ ਹੈ ਕਿ ਜਦੋਂ ਸਿਰ ਜੋੜ ਕੇ ਗੱਲ ਹੁੰਦੀ ਹੈ ਤਾਂ ਇਹ ਹੈਗਾ ਕਿ ਇੱਕ ਤਾਂ ਉਸ ਚੀਜ਼ ਦੀ ਮੈਂ ਸਾਰਿਆਂ ਨੂੰ ਬਧਾਈ ਵੀ ਦਵਾਂਗੀ ਤੇ ਆਪਣੇ ਆਲੇ ਦੁਆਲੇ 'ਚ ਕੋਈ ਕਿਸੇ ਕਿਸਮ ਦੀ ਕਿਸੇ ਔਰਤ ਨਾਲ ਧੱਕਾ ਹੁੰਦਾ ਆਪਣੇ ਪਰਿਵਾਰ 'ਚ ਕਿਤੇ ਧੱਕਾ ਹੁੰਦਾ ਤਾਂ ਮੈਂ ਔਰਤਾਂ ਨੂੰ ਇਹੀ ਬੇਨਤੀ ਕਰਾਂਗੀ ਇਹ ਅਪੀਲ ਕਰਾਂਗੀ ਕਿ ਉਸ ਆਪਣੇ ਖਿਲਾਫ ਤਾਂ ਕੋਈ ਧੱਕਾ ਹੁੰਦਾ ਉਹਦਾ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਪਰ ਜੇਕਰ ਆਪਣੇ ਆਲੇ ਦੁਆਲੇ ਵੀ ਧੱਕਾ ਹੁੰਦਾ ਕੋਈ ਔਰਤ ਅਬਲਾ ਸਾਨੂੰ ਲੱਗਦੀ ਹੈ ਕਿ ਉਹ ਸ਼ਾਇਦ ਕਿਸੇ ਅਥਾਰਟੀ ਨੂੰ ਅਪਰੋਚ ਨਹੀਂ ਕਰ ਸਕਦੀ ਤਾਂ ਸਾਨੂੰ ਉਹਦੇ ਵਾਸਤੇ ਵੀ ਡਟ ਕੇ ਖੜਨਾ ਚਾਹੀਦਾ ਹੈ ਤੇ ਜੇਕਰ ਮੇਰੇ ਖਿਆਲ ਚ ਇੱਕ ਮੁਠਤਾ ਦਿਖਾਨ ਗੀਆਂ ਔਰਤਾਂ ਤਾਂ ਜਿਹੜੇ ਧੱਕੇ ਵਾਲੀ ਗੱਲ ਹੁੰਦੀ ਹੈ ਤਾਂ ਸਮਾਜ ਆਪਣੇ ਆਪ ਵੀ ਕੁਝ ਚੀਜ਼ਾਂ ਤੋਂ ਪਿੱਛੇ ਹਟਦਾ ਹੈ ਕੁਚ ਚੰਗਾ ਵਾਪਰਦਾ ਹੈ ਪਰ ਔਰਤਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਚਾਹੇ ਉਹ ਸੰਸਥਾਵਾਂ ਦੇ ਰੂਪ ਵਿੱਚ ਹੋਣ ਹੁਣ ਜਿਵੇਂ ਮੈਨੂੰ ਕੱਲ ਪਰਸੋਂ ਮੈਂ ਕਿਸੇ ਪ੍ਰੋਗਰਾਮ ਚ ਸੀ ਮਨਰੇਗਾ ਜਿਹੜੀ ਸਕੀਮ ਹੈ ਉਹਦੇ ਚ ਕਿਉਂਕਿ ਮੈਕਸਿਮਮ ਔਰਤਾਂ ਹੀ ਕੰਮ ਕਰਦੀਆਂ ਨੇ ਤਾਂ ਮੈਨੂੰ ਖੁਸ਼ੀ ਹੋਈ ਉਹਨਾਂ ਦੀ ਕੋਈ ਲੀਡਰ ਮੈਨੂੰ ਮਿਲੀ ਸੀ ਮਨਪ੍ਰੀਤ कौर ਕਿ ਔਰਤਾਂ ਨੂੰ ਜਥੇਬੰਦ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਮਨਰੇਗਾ ਦੇ ਕਿਉਂਕਿ ਉਹ ਬਹੁਤ ਲੋਅਰ ਸਟ੍ਰੇਟਾ ਦੇ ਵਿੱਚੋਂ ਔਰਤਾਂ ਆਂਦੀਆਂ ਨੇ ਤਾਂ ਇਸ ਤਰ੍ਹਾਂ ਜੇਕਰ ਇਕੱਠੀਆਂ ਹੋਗੇ ਜੇਕਰ ਉਹਨਾਂ ਦੇ ਨਾਲ ਕੀਤੇ ਧੱਕਾ ਵੀ ਹੋਗਾ ਮੈਨੂੰ ਲੱਗਦਾ ਉਹ ਔਰਤਾਂ ਸੋ ਮੇਰੀ ਬੇਨਤੀ ਇਹੀ ਹੈ ਅਪੀਲ ਇਹੀ ਹੈ ਕਿ ਜਿੱਥੇ ਕਿਤੇ ਸਮਾਜ ਦੇ ਵਿੱਚ ਔਰਤ ਨਾਲ ਕਿਤੇ ਧੱਕਾ ਹੁੰਦਾ ਹੈ ਤਾਂ ਉਸ ਦੇ ਖਿਲਾਫ ਕੱਲੀ ਉਹ ਔਰਤ ਹੈ ਉਹਦਾ ਪਰਿਵਾਰ ਹੀ ਆਵਾਜ਼ ਬੁਲੰਦ ਨਾ ਕਰੇ ਸਾਨੂੰ ਵੀ ਇੱਕ ਮੁਠਤਾ ਉਸ ਔਰਤ ਦੇ ਨਾਲ ਦਿਖਾਣੀ ਚਾਹੀਦੀ ਹੈ ਉਹਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ ਤੇ ਦੂਸਰਾ ਇਹ ਵੀ ਹੈਗਾ ਕਿ ਆਪਣੇ ਹੱਕਾਂ ਨੂੰ ਪਹਿਚਾਣਨ ਵਾਸਤੇ ਸਾਨੂੰ ਔਰਤਾਂ ਤੇ ਆਮ ਤੌਰ ਤੇ ਇੱਕ ਇਹ ਹੁੰਦਾ ਹੈ ਕਿ ਅਸੀਂ মিডিਆ ਵੀ ਜੇਕਰ ਅਸੀਂ ਟੀਵੀ ਦੇਖਦੇ ਹਾਂ ਤਾਂ ਅਸੀਂ ਸੀਰੀਅਲ ਦੇਖਦੇ ਹਾਂ ਜੀ ਕੋਈ ਕੰਮ ਦੀ ਚੀਜ਼ ਨਹੀਂ ਦੇਖਦੇ ਤੇ ਨਿਊਜ਼ਪੇਪਰ ਵੀ ਜੇਕਰ ਅਸੀਂ ਦੇਖਦੇ ਆ ਤਾਂ ਆਮ ਤੌਰ ਤੇ ਹੁੰਦਾ ਕਿ ਔਰਤਾਂ ਲਾਸਟ ਵਾਲੇ ਪੇਜ ਇੱਥੇ ਰੰਗੀਨ ਫੋਟੋਆਂ ਹੁੰਦੀਆਂ ਉਹ ਮੈਗਜ਼ੀਨ ਮੈਗਜ਼ੀਨ ਵਗੈਰਾ ਸੋ ਮੇਰੀ ਬੇਨਤੀ ਹੈ ਕਿ ਆਪਣੇ ਆਪ ਨੂੰ ਅਵੇਅਰ ਕਰੋ ਕਰੋ ਵੱਧ ਪੜੋ ਲਿਖੋ ਜੇਕਰ ਟੀਵੀ ਦੇਖਦੇ ਆ ਤਾਂ ਕੱਲੇ ਸੀਰੀਅਲ ਨਹੀਂ ਸਾਨੂੰ ਖਬਰਾਂ ਵੀ ਸੁਣਨੀਆਂ ਚਾਹੀਦੀਆਂ ਸਾਨੂੰ ਹੋਰ ਜਿਹੜੇ ਸੰਬੰਧਤ ਅੱਛੇ ਪ੍ਰੋਗਰਾਮ ਨੇ ਜ਼ਰੂਰੀ ਨੇ ਔਰਤਾਂ ਨਾਲ ਸੰਬੰਧਤ ਹੋਣ ਸਮਾਜ ਦੇ ਨਾਲ ਸੰਬੰਧਤ ਆ ਹੋਰ ਵਧੀਆ ਜਾਣਕਾਰੀਆਂ ਹੁੰਦੀਆਂ ਨੇ ਹਾਂ ਸੋ ਮੈਂਟਲੀ ਤੌਰ ਤੇ ਤੁਸੀਂ ਬਹੁਤ ਜ਼ਿਆਦਾ ਅਵੇਅਰ ਹੋਣੇ ਚਾਹੀਦੇ ਨੇ ਜੇਕਰ ਤੁਸੀਂ ਕਿਸੇ ਮਸਲੇ ਦੇ ਪ੍ਰਤੀ ਅਵੇਅਰ ਹੋ ਤਾਂ ਮੈਨੂੰ ਨਹੀਂ ਲੱਗਦਾ ਕੋਈ ਸੌਖਾ ਜਿਹਾ ਤੁਹਾਡੇ ਨਾਲ ਕੋਈ ਧੱਕਾ ਵੀ ਕਰ ਜਵੇ ਸੋ ਇਸ ਕਰਕੇ ਆਪਣੇ ਆਪ ਨੂੰ ਅਵੇਅਰ ਆਪਾਂ ਇਸ ਸਾਲ ਇਹ ਇੱਕ ਆਪਾਂ ਜਿਵੇਂ ਹੁੰਦਾ ਕਿ ਰੈਜ਼ੋਲੂਸ਼ਨ ਲੈ ਕੇ ਚੱਲੀ ਹੈ ਕਿ ਅਸੀਂ ਆਪਣੇ ਆਪ ਨੂੰ ਵਿਸ਼ਿਆਂ ਦੇ ਤੇ ਅਵੇਅਰ ਕਰਨਾ ਹੈ ਸੋ ਇਹ ਮੇਰੀ ਅਪੀਲ ਹੈ ਜੀ ਮੈਮ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਖਾਸ ਕਰਕੇ ਇਸ ਕਮਿਸ਼ਨ ਦੇ ਬਾਰੇ ਚ ਬਹੁਤ ਸਾਰੀਆਂ ਜੜੀਆਂ ਧਾਰਨਾਵਾਂ ਬਣੀਆਂ ਹੋਈਆਂ ਸੀ ਤੁਸੀਂ ਖੁੱਲ ਕੇ ਗੱਲ ਕੀਤੀ ਸਾਨੂੰ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਸੋ ਅੱਜ ਦੀ ਔਰਤ ਅਬਲਾ ਨਹੀਂ ਹੈ ਬਹੁਤ سارے ਕਾਨੂੰਨ ਤੁਹਾਡੇ ਹੱਕਾਂ ਦੀ ਰਾਖੀ ਲਈ ਬਣੇ ਹੋਏ ਨੇ ਉਹਨਾਂ ਦੀ ਜਾਣਕਾਰੀ ਤੁਹਾਡੇ ਕੋਲ ਹੋਣੀ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਨਹੀਂ ਕਰੋਗੇ ਤਾਂ ਕਿਉਂਕਿ ਇੱਕ ਆਮ ਜੀ ਗੱਲ ਹੈ ਕਿ ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਨਹੀਂ ਕਰਦੇ ਉਹਨਾਂ ਨੂੰ ਤਾਂ ਅਮਰ ਦੂਜਿਆਂ ਦੇ ਕੀਤੇ ਫੈਸਲਿਆਂ ਦੇ ਮੁਤਾਬਿਕ ਆਪਣੀ ਜ਼ਿੰਦਗੀ ਬਤੌਣੀ ਪੈਂਦੀ ਹੈ ਸੋ ਆਪਣੀ ਜ਼ਿੰਦਗੀ ਨੂੰ ਕਿਸੇ ਵੀ ਤਰ੍ਹਾਂ ਦੀ ਉਲਝਣ ਦੇ ਵਿੱਚੋਂ ਬਾਹਰ ਕੱਢੋ ਕਾਨੂੰਨ ਤੁਹਾਡੀ ਮਦਦ ਦੇ ਲਈ ਬਣਿਆ ਹੋਇਆ ਹੈ ਕਰਤੋ ਨੂੰ ਇਹ ਜ਼ਰੂਰ ਪਤਾ ਹੋਵੇ ਕਿ ਤੁਹਾਡੇ ਹੱਕ ਕੀ ਨੇ ਤੁਹਾਡੇ ਨਾਲ ਜੁੜੇ ਕਿਸੇ ਵੀ ਮਸਲੇ ਨੂੰ ਤੁਹਾਡੀ ਆਗਿਆ ਤੋਂ ਬਿਨਾ ਜਨ ਤੱਕ ਨਹੀਂ ਕੀਤਾ ਜਾ ਸਕਦਾ ਇਹ ਗੱਲ ਕਾਨੂੰਨ ਕਹਿੰਦਾ ਹੈ ਆਪਣੇ ਹੱਕਾਂ ਬਾਰੇ ਜਾਣੋ ਤੇ ਆਪਣੇ ਹੱਕਾਂ ਨੂੰ ਹਾਸਲ ਕਰਨ ਲਈ ਕਾਨੂੰਨ ਦਾ ਸਹਾਰਾ ਲਓ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ